ਗੁਰਮੁਖ ਪਿਆਰਿਆਂ ਨੇ ਭਾਈ ਪੰਜਾਬ ਸਿੰਘ ਉਹਨਾਂ ਨੇ ਜੋ ਇੰਡੀਆ ਤੋਂ ਉਹਨਾਂ ਦਾ ਪਰਿਵਾਰ ਆਇਆ ਉਹਨਾਂ ਦੇ ਆਉਣ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦਾ ਬਹੁਤ ਆਸਰਾ ਲੈਂਦੇ ਹੋਏ ਹਾਂ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਧੰਨਵਾਦ ਕੀਤਾ ਜੋ ਵਿਛੜਿਆ ਹੋਇਆ ਪਰਿਵਾਰ ਸੀ ਉਹਨਾਂ ਦਾ ਉਹਨਾਂ ਨੂੰ ਮਿਲਾਪ ਕਰਾਇਆ ਮਾਇਆ ਦੇ ਘਰ ਵਿੱਚ ਸਾਡਾ ਸਾਰਿਆਂ ਦਾ ਸੰਯੋਗ ਹੁੰਦਾ ਕਈ ਜੀ ਪਹਿਲਾਂ ਆ ਜਾਂਦੇ ਹਨ ਕਈ ਸਾਡੇ ਮਾਤਾ ਪਿਤਾ ਰੂਪ ਹੋ ਜਾਂਦੇ ਹਨ ਕਈ ਬਾਹਰ ਜਾਂਦੇ ਹਨ ਬੱਚਿਆਂ ਦੇ ਰੂਪ ਪਰ ਮਹਾਰਾਜ ਸਮਝਾਉਂਦੇ ਨੇ ਜਿਸ ਮਿਸ਼ਨ ਵਾਸਤੇ ਤੁਹਾਨੂੰ ਸੰਸਾਰ 'ਤੇ ਭੇਜਿਆ ਜਾਂਦਾ ਹੈ ਇਕੱਠਿਆਂ ਹੋਣ ਦਾ ਜਿਵੇਂ ਗੁਰਮੁਖ ਦੇਸ਼ ਤੋਂ ਪ੍ਰਦੇਸ਼ ਦੇ ਵਿੱਚ ਆਏ ਹਨ ਪ੍ਰਦੇਸ਼ ਭੇਜਣ ਦਾ ਕੀ ਮਕਸਦ ਹੈ ਇੱਦਾਂ ਹੀ ਆਪਾਂ ਸਾਰੇ ਜਿਹੜਾ ਆਪਣਾ ਸਰੀਰ ਹੈ ਇਹਨਾਂ ਨੂੰ ਮਹਾਰਾਜ ਸਮਝਾਉਂਦੇ ਨੇ ਲੋਕ ਕੁਰਬਾਨੀ ਦੇ ਪ੍ਰਦੇਸ਼ 'ਤੇ ਸਵੇਰ ਦੇ ਵੀ ਆਪਾਂ ਸਾਰੇ ਹੀ ਇਸ ਪ੍ਰਦੇਸ਼ ਵਿੱਚ ਇਸ ਲੋਕ ਵਿੱਚ ਆ ਜਾਂਦੇ ਹਨ ਜਿਉਂ ਹੀ ਰਾਤ ਪੈਂਦੀ ਹੈ ਆਪਾਂ ਨੇ ਪ੍ਰਦੇਸ਼ ਦੇ ਲੋਕ ਛੱਡ ਕੇ ਆਪਣੇ ਦੇਸ਼ ਨੂੰ ਵਾਪਸ ਚਲੇ ਜਾਂਦੇ ਹਨ ਜਿਹੜੀ ਸਾਡੀ ਸੁਰਤੀ ਹੁੰਦੀ ਹੈ ਸਾਡਾ ਮਨ ਸਵੇਰ ਵੇਲੇ ਆਉਂਦਾ ਹੈ ਦਿਨ ਭਰ ਇਸ ਪ੍ਰਦੇਸ਼ 'ਚ ਕਰਮ ਕਰਦਾ ਹੈ ਅਤੇ ਰਾਤ ਨੂੰ ਚਲੇ ਜਾਂਦਾ ਤੇ ਮਹਾਰਾਜ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ ਵੀ ਪ੍ਰਾਣੀ ਤੂੰ ਆਇਆ ਲਹਾ ਲੈ ਲੱਗਾ ਚਿਤਕ ਫਕੜੇ ਸਮੁਖ ਦੀ ਚੱਲੀ ਹੈ ਆਪਾਂ ਇਸ ਸਰੀਰ ਰੂਪੀ ਪ੍ਰਦੇਸ਼ ਦੇ ਵਿੱਚ ਇੱਕ ਲਹਾ ਲੈਣ ਵਾਸਤੇ ਆਏ ਹਾਂ ਜਿਹਨੂੰ ਮਹਾਰਾਜ ਸਮਝਾਉਂਦੇ ਹਨ ਜਗ ਮੈਂ ਲਹਾ ਏਕ ਨਾਮ ਗੁਰਮੁਖ ਨੈਣ ਇਹਦਾ ਲਾਹਾ ਉਹ ਲੈਂਦਾ ਹੈ ਜਿਹੜਾ ਗੁਰੂ ਨੂੰ ਪੁੱਛਦਾ ਹੈ ਪੈਰ ਪੈਰ ਤੇ ਉਹਨਾਂ ਨੂੰ ਪਤਾ ਹੈ ਜੋ ਸਿੱਖਿਆ ਜੋ ਮਤ ਸਾਨੂੰ ਗੁਰੂ ਤੋਂ ਮਿਲਣੀ ਹੈ ਸਾਨੂੰ ਕਿਸੇ ਹੋਰ ਤੋਂ ਨਹੀਂ ਮਿਲ ਸਕਦੀ ਉਹ ਫਿਰ ਬੇਨਤੀਆਂ ਕਰਦੇ ਹੈ ਵੀ ਸਾਨੂੰ ਸਾਡਾ ਭੇਦ ਦੋ ਅਸੀਂ ਵੀ ਇਸ ਸਰੀਰ ਵਿੱਚ ਰੋਜ਼ ਆਉਂਦੇ ਹਾਂ ਜਿਵੇਂ ਆਪਾਂ ਫਰਜ਼ ਕਰ ਲਓ ਇੰਡੀਆ ਤੋਂ ਅਸੀਂ ਇਹਨਾਂ ਪ੍ਰਦੇਸ਼ਾਂ 'ਚ ਆਏ ਹਾਂ ਆਪਾਂ ਲੜਾਈ ਝਗੜਾ ਨਹੀਂ ਕਰਨਾ ਆਏ ਸੀ ਕਿਸੇ ਨਾਲ ਇੱਥੇ ਮਾੜਾ ਬਚਨ ਨਹੀਂ ਆਪਾਂ ਕਿਸ ਨੂੰ ਬੋਲਣ ਆਏ ਸੀ ਇੱਥੇ ਮਿਸ਼ਨ ਸੀ ਵੀ ਧੰਨ ਕਮਾ ਕੇ ਵਾਪਸ ਚਲੇ ਜਾਣਾ ਪਰ ਹੋਇਆ ਕਿ ਇੱਥੇ ਦੇ ਆਪਾਂ ਨੂੰ ਹਾਲਾਤ ਵੇਖਦੇ ਹੋਇਆਂ ਅਸੀਂ ਇੱਥੇ ਦੇ ਵਸਨੀਕ ਬਣ ਕੇ ਰਹਿ ਗਏ ਵਾਪਸ ਆਪਣੇ ਦੇਸ਼ ਨੂੰ ਭੁੱਲ ਗਏ ਆਪਾਂ ਹੁਣ ਜੇਕਰ ਸਾਨੂੰ ਇਸ ਪ੍ਰਦੇਸ਼ ਦੇ ਵਿੱਚੋਂ ਕੱਢਿਆ ਜਾਂਦਾ ਹੈ ਆਪਾਂ ਰੋਸ ਮਹਿਸੂਸ ਕਰਦੇ ਹਾਂ ਵੀ ਅਸੀਂ ਨਹੀਂ ਜਾਣਾ ਵੀ ਤੁਹਾਡਾ ਪਿਆਰ ਪੈ ਗਿਆ ਪਰ ਸੋਚਿਆ ਜਾਵੇ ਜਦੋਂ ਅਸੀਂ ਆਪਣੇ ਦੇਸ਼ ਵਿੱਚੋਂ ਇਸ ਪ੍ਰਦੇਸ਼ ਵਿੱਚ ਆਏ ਸੀ ਉਦੋਂ ਕੁਝ ਨਾਲ ਤਾਂ ਲੈ ਕੇ ਨਹੀਂ ਆਏ ਸੀ ਨਾ ਅਸੀਂ ਆਪਣੇ ਦੋਸਤ ਮਿੱਤਰ ਨਾਲ ਲੈ ਕੇ ਆਏ ਸੀ ਉੱਥੋਂ ਇੱਥੇ ਦੇ ਰਹਿਣੇ ਆ ਨਾ ਤੁਹਾਡਾ ਪਿਆਰ ਪੈ ਗਿਆ ਇੱਕ ਦੂਜੇ ਦੇ ਨਾਲ ਤੇ ਮਹਾਰਾਜ ਸਮਝਾਉਂਦੇ ਨੇ ਇਸ ਦੇਸ਼ ਨੂੰ ਆਪਾਂ ਆਪਣਾ ਕਹਿਣਾ ਸ਼ੁਰੂ ਕਰ ਦਿੱਤਾ ਇਸੇ ਪ੍ਰਕਾਰ ਜਿਹੜਾ ਸਰੀਰ ਆਪਾਂ ਵੇਖਦੇ ਹਾਂ ਇਹ ਮਾਇਆ ਦਾ ਘਰ ਆ ਇਹ ਸਰੀਰ ਸਭ ਮੂਲ ਹੈ ਮਾਇਆ ਇਸ ਮਾਇਆ ਦੇ ਘਰ ਨੂੰ ਆਪਾਂ ਸਵੇਰੇ ਆਉਂਦੇ ਹਾਂ ਤੇ ਆਪਣਾ ਕਹਿਣਾ ਸ਼ੁਰੂ ਕਰਦੇ ਮੇਰਾ ਹੈ ਆਏ ਤਾਂ ਅਸੀਂ ਪ੍ਰਦੇਸ਼ ਦੇ ਵਿੱਚ ਇਕੱਠੇ ਹੋ ਕੇ ਵਿਚਾਰ ਕਰ ਗੁਰਮਤੇ ਕਰਕੇ ਵੀ ਆਪਾਂ ਕਿਵੇਂ ਪ੍ਰਦੇਸ਼ 'ਚ ਆਪਣੇ ਦੇਸ਼ ਵਿੱਚ ਵਾਪਸ ਜਾਣਾ ਪਰ ਜਦੋਂ ਆਪਾਂ ਇਹ ਖੇਡ ਨੂੰ ਸਮਝ ਨਾ ਸਕੇ ਤੇ ਮਹਾਰਾਜ ਕਹਿੰਦੇ ਇੱਕ ਨੀ ਦੋ ਨੀ ਤਿੰਨੇ ਯੁੱਗ ਬੀਤ ਗਏ ਅਸੀਂ ਇਸ ਕਾਇਆ ਦੇ ਵਿੱਚ ਆਈ ਜਾਂਦੇ ਹਾਂ 84 ਲੱਖ 'ਚ ਆਪਾਂ ਆਈ ਜਾਂਦੇ ਹਾਂ ਵਾਪਸ ਆਪਾਂ ਘਰ ਨੂੰ ਨਹੀਂ ਪਰਦੇ ਤੇ ਉਹ ਪਰਮਾਤਮਾ ਰੋਜ਼ ਵੇਖਦਾ ਏ ਮੇਰੇ ਬੱਚੇ ਨੂੰ ਮੈਂ ਰੋਜ਼ ਭੇਜਦਾ ਜ਼ਰੂਰ ਹਾਂ ਮਾਇਆ ਦੇ ਦੇਸ਼ ਵਿੱਚ ਪਰ ਵਾਪਸ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਧੱਕੇ ਮਾਰ ਕੇ ਕੱਢਿਆ ਜਾ ਰਿਹਾ ਉਹ ਕਿਵੇਂ ਰਾਤ ਪੈਂਦੀ ਹੈ
ਸਾਡੇ ਪੁਰਨੇ ਵਿਚਾਰ ਸੋਚਾਂ ਚੱਲੀ ਜਾਂਦੀਆਂ, ਨੀਂਦ ਨਹੀਂ ਆਉਂਦੀ। ਕਿਹੜੀ ਘੜੀ ਸਾਨੂੰ ਨੀਂਦ ਆ ਜਾਂਦੀ ਹੈ ਤੇ ਸਾਨੂੰ ਇਸ ਦੇਸ਼ ਚੋਂ ਇਹ ਕਾਮ ਕ੍ਰੋਧ ਲੋਭ ਅਹੰਕਾਰ ਧੱਕੇ ਮਾਰ ਸਾਰੀ ਸੋਚੀ ਨੂੰ ਬਾਹਰ ਕੱਢ ਦਿੰਦਾ ਚੱਲ ਜਾਓ। ਇਸ ਦੇਸ਼ ਚੋਂ ਨਿਕਲ ਗਿਆ ਪ੍ਰਦੇਸ਼ ਚੋਂ, ਪਰ ਆਪਾਂ ਨੂੰ ਇਹ ਨਹੀਂ ਪਤਾ ਆਪਾਂ ਗਏ ਕਿੱਥੇ ਹਾਂ। ਇਹਨਾਂ ਵੱਲੋਂ ਕੱਢ ਦਿੱਤਾ ਗਿਆ ਵੀ ਜਾ ਨਿਕਲ ਜਾ ਸਾਡੇ ਦੇਸ਼ ਚੋਂ। ਹੁਣ ਸੋਚੋ ਤੇ ਵਿਚਾਰੋ ਜੇ ਸਾਡਾ ਮਨ ਸਾਡੀ ਸੋਚੀ ਇਸ ਪ੍ਰਦੇਸ਼ ਚੋਂ ਨਿਕਲ ਚੁੱਕੀ ਆ, ਘਰ ਜਾਣੀ ਚਾਹੀਦੀ ਹੈ। ਘਰ ਕੌਣ ਬੈਠਾ? ਸਾਡਾ ਮੂਲ, ਸਾਡਾ ਪਿਤਾ ਪਰਮਾਤਮਾ। ਏਕ ਪਿਤਾ ਏਕ ਸੇਹਮ ਬਾਰਿਕ ਤੂੰ ਮੇਰਾ ਗੁਰ। ਹੁਣ ਬੱਚਾ ਘਰ ਨਹੀਂ ਗਿਆ, ਜੇ ਘਰ ਗਿਆ ਹੁੰਦਾ ਅਸੀਂ ਆਪਣੇ ਆਪਣੇ ਮੂਲ ਦੇ ਆਪਣੇ ਪਿਤਾ ਦੇ ਆਪਾਂ ਦਰਸ਼ਨ ਕਰਦੇ ਅੰਦਰੋਂ, ਉਸ ਪ੍ਰਕਾਸ਼ ਨਾਲ ਆਪਾਂ ਗੱਲ ਕਰਦੇ। ਪਰ ਇਹ ਬੱਚੇ ਨੂੰ ਸੋਚੀ ਨਹੀਂ ਕੋਈ ਰਹੀ ਸਰੀਰ ਛੱਡਣ ਤੋਂ ਬਾਅਦ। ਆਪਾਂ ਸਾਰੇ ਰੋਜ਼ ਰਾਤ ਨੂੰ ਸੌਂਦੇ ਹਾਂ, ਸਰੀਰ ਦਾ ਕਿਸੇ ਨੂੰ ਪਤਾ ਨਹੀਂ। ਜਿਸ ਸਰੀਰ ਵਿੱਚ ਆ ਕੇ ਅਸੀਂ ਰਿਸ਼ਤੇ ਬੰਨ ਬੈਠੇ ਹਾਂ, ਮਾਤਾ ਪਿਤਾ ਭਾਈ ਭੈਣ ਧੀ ਪੁੱਤ, ਉਹਨਾਂ ਦਾ ਵੀ ਕੋਈ ਖਿਆਲ ਨਹੀਂ ਰਿਹਾ ਕਿੱਥੇ ਗਏ ਸਾਰੇ ਜਾਣੇ। ਕਾਰੋਬਾਰ ਦਾ ਉਹਦਾ ਆਪਾਂ ਨੂੰ ਕੋਈ ਗਿਆਨ ਨਹੀਂ ਰਿਹਾ। ਸੰਤ ਇਸ ਦੇਸ਼ ਚੋਂ ਟੋਟਲੀ ਬਾਹਰ ਕੱਢ ਦਿੱਤਾ ਗਿਆ। ਜਿਹੜੇ ਆਪਾਂ ਸਾਥੀ ਮੰਨੀ ਬੈਠੇ ਸੀ ਉਹ ਸਾਥੀ ਸਾਡੇ ਪਾਸੇ ਕਰ ਦਿੱਤੇ। ਤੁਹਾਡਾ ਸਾਥੀ ਕੌਣ ਸੀ ਉਸ ਅਵਸਥਾ ਦੇ ਵਿੱਚ? ਕਹਿੰਦੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਤ ਸਾਹਿਬ। ਹੁਣ ਨਾਮ ਦਾ ਭੇਦ ਨਹੀਂ ਆਇਆ, ਮਾਤਾ ਪਿਤਾ ਪਾਸੇ ਹੋ ਗਏ। ਬਿਰਤਾ ਪੈ ਗਈ ਆਪਾਂ ਨੂੰ, ਪਰਮਾਤਮਾ ਘਰੇ ਪਹੁੰਚੇ ਨਹੀਂ ਅਜੇ, ਇਸ ਕਾਇਆ ਨੂੰ ਆਪਾਂ ਖਾਲੀ ਕਰ ਦਿੱਤਾ। ਹੁਣ ਸੋਚੋ ਤੇ ਵਿਚਾਰੋ ਵੀ ਆਪਾਂ ਗਏ ਕਿੱਥੇ ਹਾਂ। ਮਹਾਰਾਜ ਕਹਿੰਦੇ ਹਨ ਉਸ ਨਿਰੰਕਾਰ ਦੇ ਦੇਸ਼, ਇਸ ਮਾਇਆ ਦੇ ਦੇਸ਼ ਦੇ ਦਰਮਿਆਨ ਇੱਕ ਭੌਜਲ ਹੈ ਜਿੱਥੇ ਸਾਡੀ ਸਾਰਿਆਂ ਦੀ ਸੁਰਤੀ ਜਾ ਕੇ ਡਿੱਗ ਜਾਂਦੀ ਹੈ। ਹੁਣ ਦੇਖੋ ਜਿਸ ਸੰਸਾਰ ਨਾਲ ਇੰਨਾ ਪਿਆਰ ਸੀ ਬਿਲਕੁਲ ਕਨੈਕਸ਼ਨ ਤੋੜ ਦਿੱਤਾ ਗਿਆ, ਇਸਦਾ ਕੋਈ ਖਿਆਲ ਨਹੀਂ ਆਈ ਕੌਣ ਕਿੱਥੇ ਸੁੱਤਾ ਪਿਆ ਕਿੱਥੇ ਨਹੀਂ। ਤੇ ਮਹਾਰਾਜ ਕਹਿੰਦੇ ਇੰਨਾ ਡਰਾਵਣਾ ਸੀਗਾ, ਇੰਨਾ ਹਨੇਰਾ ਸੀ ਉੱਥੇ, ਸਾਨੂੰ ਕੋਈ ਸੋਚੀ ਨਹੀਂ ਆਪਾਂ ਕਿੱਥੇ ਪਏ ਹਾਂ। ਤੇ ਮਹਾਰਾਜ ਕਹਿੰਦੇ ਭੌਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਦਿਸ ਪੰਜਨੂ ਸਤਿਗੁਰ ਭੈ ਕਾ ਬੋਇਤਾ ਸ਼ਬਦ ਲੰਘਾਵਣੋ। ਹੁਣ ਸੋਚੋ ਤੁਸੀਂ ਇਸ ਮਾਇਆ ਦੇ ਆਕਾਰ ਦੇ ਵਿੱਚ ਇਸ ਆਕਾਰ ਕਰਕੇ ਜਾਣੇ ਜਾਂਦੇ ਹੋ ਕਿ ਮੇਰਾ ਨਾਂ ਮਨਦੀਪ ਸਿੰਘ ਹੈ, ਪਰ ਇਸ ਆਕਾਰ ਦਾ ਨਾਮ ਹੈ ਨਾ, ਮੇਰਾ ਨਾਮ ਨੀ ਮਨਦੀਪ ਸਿੰਘ, ਇਸ ਆਕਾਰ ਦਾ ਨਾਮ ਮਨਦੀਪ ਸਿੰਘ ਹੈ। ਇਹਦੇ ਕਰਕੇ ਮੈਨੂੰ ਲੋਕੀ ਸਾਰੇ ਜਾਣਦੇ ਆ। ਹੁਣ ਜਿੰਨਾ ਚਿਰ ਤੁਹਾਡਾ ਇਸ ਕਾਇਆ ਨਾਲ ਸੰਯੋਗ ਆ ਤੁਹਾਨੂੰ ਜਾਣਿਆ ਜਾਣਾ ਸੰਸਾਰ ਦੇ ਵਿੱਚ। ਜੋ ਰਾਤ ਪੈ ਜਾਂਦੀ ਆ ਰਹਿਣੇ ਵਾਲਾ ਕਿਤੇ ਹੋਰ ਚਲੇ ਗਿਆ, ਉਹ ਸਾਡਾ ਅਸਲੀ ਸਾਥੀ ਹੈ, ਸਾਡਾ ਸੱਜਣ ਆ ਸਾਰਿਆਂ ਦਾ। ਪਰ ਗੁਰਮੁਖ ਪਿਆਰੇ ਆਪਣੀ ਉਮਰ 20 ਸਾਲ 30 ਸਾਲ 50 ਸਾਲ 70 ਸਾਲ ਉਮਰ ਲੰਘ ਜਾਂਦੀ, ਜਿਹੜਾ ਇਸ ਕਾਇਆ ਵਿੱਚ ਰਹਿੰਦਾ ਹੈ ਜਿਹੜਾ ਗੱਲ ਕਰ ਜਿਵੇਂ ਬੋਲਦਾ ਪਿਆ ਨਾ, ਇਹ ਕੋਈ ਕੌਣ ਬੋਲਦਾ ਆਪਾਂ ਨੂੰ ਪਤਾ ਨਹੀਂ। ਕਾਇਆ ਦੀ ਜ਼ਰੂਰ ਵਰਤੋਂ ਹੋ ਰਹੀ, ਸਰੀਰ ਦੀ ਵਰਤੋਂ ਹੋ ਰਹੀ ਆ, ਪਰ ਬੋਲਦਾ ਕੌਣ ਪਿਆ ਅੰਦਰ ਇਹ ਨਹੀਂ ਪਤਾ ਲੱਗ ਗਿਆ। ਸਾਰੀ ਉਮਰ ਅਸੀਂ ਸਰੀਰ ਨਾਲ ਪਿਆਰ ਕਰਦੇ ਹਾਂ ਨਾ, ਤੇ ਮਹਾਰਾਜ ਕਹਿੰਦੇ ਹਨ ਜਿਹੜਾ ਬੋਲਣ ਵਾਲਾ ਉਹ ਰੋਜ਼ ਰਾਤ ਨੂੰ ਛੱਡ ਕੇ ਚਲੇ ਜਾਂਦਾ ਸਰੀਰ ਨੂੰ, ਪਰ ਜਾਂਦਾ ਕਿੱਥੇ ਆ? ਇਹ ਸਾਨੂੰ ਸਵਾਲ ਕਰਤਾ ਮਹਾਰਾਜ ਨੇ ਗੁਰਬਾਣੀ ਵਿੱਚ। ਕਹਿੰਦੇ ਜੇ ਕਹਿੰਦੇ ਤੁਹਾਡਾ ਆਪਣਾ ਸਰੀਰ ਆ ਇਹ, ਕਹਿੰਦੇ ਤੁਹਾਨੂੰ ਮੈਂ ਸਵਾਲ ਪਾ ਰਿਹਾ। ਕਹਿੰਦੇ ਪੌਣ ਪਾਣੀ ਅਗਰ ਮਿੱਟੀ ਆਕਾਸ਼ ਦਾ ਸਰੀਰ ਬਣਿਆ ਪੰਜੇ ਤੱਤਾਂ ਦਾ, ਕਹਿੰਦੇ ਦੱਸੋ ਫਿਰ ਕਿਵੇਂ ਤਿਆਰ ਹੋ ਗਏ ਜੇ ਤੁਹਾਡਾ ਹੈ? ਤੇ ਮਹਾਰਾਜ ਕਹਿੰਦੇ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦਵਾਰ ਬੁੱਝ ਰੇ ਗਿਆਨੀ ਇਹ ਵਿਚਾਰ। ਕਹਿੰਦੇ ਕਰਤਾ ਬਖਤਾ ਸੁਨਤਾ ਸੋਏ ਆਪ ਵਿਚਾਰੇ ਸੋ ਗਿਆਨੀ। ਹੁਣ ਜਦੋਂ ਆਪਾਂ ਪਹਿਲਾਂ ਵਿਚਾਰ ਕੀਤੀ ਆਪਾਂ ਪਰਦੇਸ਼ ਚ ਲੜਨ ਨਹੀਂ ਆਉਂਦੇ ਕਿਸੇ ਨਾਲ, ਮਾੜਾ ਬਚਨ ਨਹੀਂ ਬੋਲਣ ਆਉਂਦੇ। ਹੁਣ ਜਿਉਂ ਹੀ ਆਪਾਂ ਕਾਇਮ ਤੋਂ ਪਾਸੇ ਹੁੰਦੇ ਹਾਂ ਆਪਾਂ ਕਿਸੇ ਨੂੰ ਮਾੜਾ ਬਚਨ ਨਹੀਂ ਕਹਿੰਦੇ, ਨਾ ਮਾੜਾ ਵੇਖਦੇ ਨਾ ਮਾੜਾ ਸੁਣਦੇ ਆਪਾਂ, ਪਰ ਜਿਉਂ ਵੀ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੇ ਹੋ ਇਹ ਮਾੜੇ ਬਚਨ ਕੌਣ ਬੋਲਣ ਲੱਗ ਜਾਂਦਾ, ਇਹ ਮਾੜਾ ਕੌਣ ਦੇਖਣ ਲੱਗ ਜਾਂਦਾ, ਮਾੜਾ ਕੌਣ ਸੁਣਨ ਲੱਗ ਜਾਂਦਾ, ਇਹ ਲੜਾਈ ਝਗੜੇ ਕੌਣ ਕਰਦੇ ਆ? ਇਹ ਜਿਹੜੇ ਇਸ ਦੇਸ਼ ਦੇ ਇਸ ਲੋਕ ਦੇ ਪੰਜ ਸਰਦਾਰ ਆ ਕਾਮ ਕ੍ਰੋਧ ਲੋਭ ਅਹੰਕਾਰ, ਉਹ ਲੜਦੇ ਪਏ।
ਤੁਸੀਂ ਖੇਡ ਖੇਡਣ ਆਏ ਸੀਗੇ ਨਿਰੰਕਾਰ ਦੇ ਦੇਸ਼ ਚੋਂ ਇਸ ਮਾਇਆ ਦੇ ਘਰ ਵਿਚ ਮੇਰੇ ਪਰ ਸਾਚੀ ਖੇਡ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਖੇਡ ਖੇਡਣ ਆਏ ਸੀ ਤੇ ਇਹਨਾਂ ਨੇ ਐਸੀ ਖੇਡ ਖੇਡੀ ਸਾਡੇ ਆਪਸ ਚ ਮੰਡੀਆਂ ਪਾਤੀਆਂ ਧੜੇ ਬਣਾ ਤੇ ਪਤੀ ਪਤਨੀ ਦਾ ਬੱਚਿਆਂ ਦਾ ਧੀਆਂ ਪੁੱਤਾਂ ਦਾ ਭਾਈ ਭੈਣਾਂ ਦਾ ਲੜਾਈ ਕਰਾਤੀ ਆਪਸ ਪਾਏ ਤਾਂ ਜੀ ਕਾਇਆ ਦੇ ਵਿਚ ਆ ਕੇ ਲਾਹਾ ਲੈਣ ਵਾਸਤੇ ਪ੍ਰਾਣੀ ਲਾਹਾ ਲੈਣ ਪਰ ਆਪਾਂ ਭੁੱਲ ਗਏ ਕਿਹੜਾ ਲਾਹਾ ਲੈਣ ਵਾਸਤੇ ਆਏ ਸੀਗੇ ਤੇ ਝਗੜੇ ਆਪਣੇ ਧੜੇ ਬਣਾ ਝਗੜਾ ਹੋ ਗਿਆ ਹੁਣ ਸੋਚੋ ਤੇ ਵਿਚਾਰੋ ਤੇ ਮਹਾਰਾਜ ਕਹਿੰਦੇ ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਨੇ ਧੜੇ ਸਭ ਗਵਾਏ ਦੇਖੋ ਆਪਾਂ ਬਚਨ ਕਰਦੇ ਹਾਂ ਜਦੋਂ ਆਪਣੇ ਸੰਯੋਗ ਦੇ ਮਹਾਰਾਜ ਦੇ ਅੱਗੇ ਵੀ ਸਾਰੀ ਉਮਰ ਆਪਾਂ ਦੁੱਖ ਸੁੱਖ ਚ ਸਾਂਝੇ ਹੋਵਾਂਗੇ ਪਤੀ ਪਤੀ ਦ੍ਰਿਸ਼ਟ ਮਾਨ ਜੀ ਆਪਾਂ ਸੋਚੀਏ ਵਿਚਾਰੇ ਸਾਰੇ ਜਾਣੇ ਕਿੰਨਾ ਝਗੜਾ ਹੁੰਦਾ ਹੈ ਦੁੱਖਾਂ ਸੁੱਖਾਂ ਦ੍ਰਿਸ਼ਟ ਮਾਨ ਦੇ ਵਿੱਚ ਉੱਥੇ ਆਪਾਂ ਸਾਥੀ ਨਹੀਂ ਬਣ ਰਹੇ ਵਿਚਾਰੋ ਅਸੀਂ ਦੁੱਖ ਸੁੱਖ ਸੀਗਾ ਪਰਮਾਤਮਾ ਨਾਲ ਆਪਣੇ ਮਿਲਣ ਦਾ ਮਿਲ ਗਿਆ ਤਾਂ ਸੁੱਖ ਆ ਨਾ ਮਿਲੇ ਤਾਂ ਵਿਛੋੜਾ ਹੈ ਉਹ ਦੁੱਖ ਸੁੱਖ ਕਦੇ ਆਪਾਂ ਸਾਂਝੇ ਨਹੀਂ ਹੋ ਸਕੇ ਦੂਜੇ ਦੇ ਤਾਂ ਮਾਰਾਂਗੇ ਤਾਂ ਰਿਸ਼ਤਾ ਕਾਹ ਜੁੜਿਆ ਤਾਂ ਮਾਰਾਂਗੇ ਧੰਨ ਪੀਰ ਇਹ ਨਾ ਆਖੇ ਬਹਿਣ ਇਕੱਠੇ ਹੋਏ ਕਹਿੰਦੇ ਜੇਕਰ ਇਕੱਠੇ ਹੋ ਕੇ ਬਹਿ ਗਏ ਹਨ ਰਿਸ਼ਤਾ ਨਹੀਂ ਹੈ ਨਜ਼ਰ ਏਕ ਜੋਤ ਦੋਏ ਮੋਰਤੀ ਧੰਨ ਪੀਰ ਕਹੀਏ ਸੋ ਉਹ ਅਸਲੀ ਪਤੀ ਪਤਨੀ ਰਿਸ਼ਤਾ ਹੈ ਸੰਸਾਰ ਦੇ ਵਿੱਚ ਜਿਹਨਾਂ ਦੀ ਇੱਕ ਜੋਤ ਹੋ ਗਈ ਆ ਜਿਹਨਾਂ ਨੇ ਇਕੱਠੇ ਇਸ ਕਾਇਆ ਦੇ ਵਿੱਚ ਆਉਂਦੇ ਆ ਸਵੇਰ ਵੇਲੇ ਸੁਰਤੀਆਂ ਆਉਂਦੀਆਂ ਸੰਸਾਰ ਚ ਕਰਮ ਕਰਦੀਆਂ ਤੇ ਛੱਡ ਕੇ ਚਲੇ ਜਾਂਦੀਆਂ ਉਹ ਤਾਂ ਇੱਕ ਡਰਾਮੇ ਦੀ ਸਟੇਜ ਕਹਿੰਦੀ ਮਹਾਰਾਜ ਗੁਰਬਾਣੀ ਵੀ ਸਾਡਾ ਜਿਹੜਾ ਸਰੀਰ ਹੈ ਡਰਾਮੇ ਦੀ ਸਟੇਜ ਆ ਤੇ ਮਹਾਰਾਜ ਕਹਿੰਦੇ ਇਸਤਰੀ ਤੇ ਪੁਰਖ ਨੂੰ ਉੱਥੇ ਕੱਪੜਾ ਪਵਾ ਕੇ ਭੇਜ ਦਿੱਤਾ ਗਿਆ ਹੁਣ ਕੱਪੜਾ ਪਵਾ ਕੇ ਭੇਜ ਦਿੱਤਾ ਜੇ ਤਾਂ ਆਪਾਂ ਡਰਾਮਾ ਪਰਮਾਤਮਾ ਹੁਕਮ ਚ ਖੇਡ ਰਹੇ ਹਾਂ ਫੇਰ ਤਾਂ ਠੀਕ ਆ ਪਤਾ ਕੱਪੜਾ ਇਹ ਲਾ ਕੇ ਚਲੇ ਜਾਣ ਪਰ ਜੇਕਰ ਆਪਾਂ ਇਹ ਡਰਾਮਾ ਕਾਮ ਕ੍ਰੋਧ ਲੋਭ ਹੰਕਾਰ ਦੇ ਆਖਿਆ ਖੇਡਦੇ ਪਏ ਹਾਂ ਫਿਰ ਆਪਣਾ ਝਗੜਾ ਸਾਰਾ ਦਾ ਸਵੇਰ ਤੋਂ ਲੈ ਕੇ ਸ਼ਾਮ ਹੁਣ ਸੋਚੋ ਤੇ ਵਿਚਾਰੋ ਮਹਾਰਾਜ ਸਮਝਾਉਂਦੇ ਆ ਨਾਲ ਹੀ ਕੁਛ ਸਿਰਜਣ ਬਿਖ ਮਾਇਆ ਮੋਹ ਪਿਆ ਹੋਵੇ ਖੇਡ ਬਣਾਤਾ ਵੀ ਤੁਹਾਡਾ ਜਿਹੜਾ ਪਿਆਰ ਆ ਬਿਖ ਵਿੱਚ ਆ ਕੇ ਇੱਥੇ ਪਾਇਆ ਹੋਇਆ ਕਹਿੰਦੇ ਨਾਰੀ ਪੁਰਖ ਸਿਰਜਣ ਬਿਖ ਮਾਇਆ ਮੋਹ ਪਿਆਰੋ ਕਹਿੰਦੇ ਵੀ ਜਿੰਨੇ ਵੀ ਜਿਹੜੇ ਜੀ ਹਨ ਪਰਮਾਤਮਾ ਨੇ ਸਿਰਜ ਕੇ ਸ੍ਰਿਸ਼ਟੀ ਆਪ ਤਖ਼ਤ ਲਾ ਕੇ ਬਹਿ ਗਿਆ ਹੈ ਸਾਰਿਆਂ ਨੂੰ ਆਪਣੀ ਨਿਗਾਹ ਚ ਰੱਖਦਾ ਪਰਮਾਤਮਾ ਜਿਹਨੂੰ ਮਹਾਰਾਜ ਨੇ ਸਭ ਨਜ਼ਰੇ ਅੰਦਰ ਰੱਖਦਾ ਜੇਤੇ ਸ੍ਰਿਸ਼ਟ ਸਭ ਕੀਤੀ ਹੁਣ ਸੋਚੋ ਵਿਚਾਰੋ ਜੇਕਰ ਸਾਫ਼ ਪਰਮਾਤਮਾ ਹਰ ਇੱਕ ਜੀਵ ਨੂੰ ਰਿਜਕ ਦੇ ਰਿਹਾ ਸੁੱਖ ਦੇ ਰਿਹਾ ਤੇ ਸਾਨੂੰ ਤਾਂ ਗਿਆਨ ਹੀ ਇੰਨਾ ਦੇਤਾ ਨਾਰੀ ਤੇ ਪੁਰਖ ਨੂੰ ਤੇ ਮਹਾਰਾਜ ਕਹਿੰਦੇ ਤੁਹਾਨੂੰ ਸੋਝੀ ਨਹੀਂ ਹੈ ਤੁਸੀਂ ਵੀ ਲੜਦੇ ਹੋ ਇਸ ਮਾਇਆ ਦੇ ਦੁੱਖ ਸੁੱਖ ਕਰਕੇ ਵਸਤੂ ਮਿਲਦੀ ਹੈ ਲੜਾਈ ਝਗੜਾ ਦੀ ਆਪਸ ਕਰਦੇ ਇੱਕ ਦੂਜੇ ਦੇ ਨਾਲ ਹੈ ਪਰਦੇਸ ਦੇ ਲੋਕਾਂ ਦੀ ਸਾਰੀ ਵਸਤੂਆਂ ਇਹ ਸਾਡੀਆਂ ਤਾਂ ਹੈ ਹੀ ਨਹੀਂ ਪਰਦੇਸ ਪਰ ਉਹ ਛੱਡ ਕੇ ਜਾਂਦੇ ਹਾਂ ਨਾਲ ਲੈ ਕੇ ਨਹੀਂ ਜਾਂਦੇ ਆਪਾਂ ਸਾਡੇ ਵਿੱਚ ਸੋਚੋ ਜਾਣ ਸਾਰੇ ਜਾਣੇ ਫਿਰ ਝਗੜਾ ਕਿਹੜੀ ਗੱਲ ਦਾ ਕਰਦੇ ਇੱਕ ਦੂਜੇ ਨਾਲ ਆਪਾਂ ਸਾਡੀ ਹੈ ਨਹੀਂ ਸੀ ਉੱਥੇ ਹੱਕ ਜਮਾ ਲਿਆ ਉਹ ਸਾਧੂ ਵਾਧੂ ਬੈਰ ਹਮਲੀ ਭੂਮ ਪਾਉਣ ਕਰ ਲਿਆ ਫਿਰ ਅੱਜ ਐਸੀ ਅਵਸਥਾ ਹੋ ਗਈ ਮੇਰੀ ਇੱਕ ਜ਼ਮੀਨ ਤੇ ਇੱਕ ਪੈਰ ਰੱਖ ਕੇ ਦਿਖਾਏ ਇਹ ਮੇਰੀ ਹੈ ਇਹਦਾ ਕਹਿੰਦੇ ਮੇਰਾ ਬੱਚਾ ਹੈ ਮੇਰੀ ਮਾਂ ਮੇਰੇ ਪਿਓ ਮੇਰੇ ਧੀ ਮੇਰੇ ਪੁੱਤ ਮੇਰੇ ਭੈਣ ਜਾ ਕੇ ਤੁਹਾਡਾ ਸਰੀਰ ਵੀ ਤੁਹਾਡਾ ਆਪਣਾ ਨਹੀਂ ਹੈਗਾ ਸੋਚੋ ਤੇ ਵਿਚਾਰੋ ਇਹ ਸਰੀਰ ਤਾਂ ਅਸੀਂ ਨਹੀਂ ਬਣਾਇਆ ਇਹ ਮਨ ਵੀ ਅਸੀਂ ਨਹੀਂ ਬਣਾਇਆ ਜੋ ਤੁਹਾਨੂੰ ਸਵਾਸ ਦੇ ਰਿਹਾ ਪਰਮਾਤਮਾ ਉਹ ਵੀ ਨਹੀਂ ਤੁਸੀਂ ਬਣਾਏ ਤੇ ਤੁਹਾਡਾ ਤੁਹਾਡੇ ਵਿੱਚ ਤਾਂ ਹੈ ਹੀ ਕੁਛ ਨਹੀਂ ਗਾ ਫਿਰ ਮਾਣ ਕਿਹੜੀ ਗੱਲ ਆ ਬਗਾਨੇ ਦੀ ਚੀਜ਼ ਤੇ ਆਪਾਂ ਆਪਣਾ ਹੱਕ ਜਮਾਲੇ ਵੀ ਸਾਡੀ ਹੈ ਇੱਕ ਪਾਸੇ ਸਾਰੇ ਆਪਾਂ ਬਚਨ ਪੜ੍ਹਦੇ ਮਹਾਰਾਜ ਦਾ ਮੇਰਾ ਮੁਜਮੇ ਕਿਛ ਨਹੀਂ ਜੋ ਕਿ 613 ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਹੁਣ ਸਵਾਲ ਹੋ ਗਿਆ ਆਪਣੇ ਆਪ ਚ ਇੱਕ ਪਾਸੇ ਕਹਿੰਦੇ ਸਾਰਾ ਕੁਛ ਮਹਾਰਾਜ ਤੁਹਾਡਾ ਹੀ ਹੈ ਸਾਡਾ ਨਹੀਂ ਹੈਗਾ ਫਿਰ ਦੇਣ ਲੱਗਿਆ ਆਪਾਂ ਕਾਣ ਕਿਉਂ ਕਰਦੇ ਹਾਂ ਦੇਣ ਲੱਗਿਆ ਆਪਾਂ ਮਹਾਰਾਜ ਨੂੰ ਆਪਣਾ ਆਪ ਜਿਵੇਂ ਗੁਰਮੁਖ ਦੇਖੋ ਨਮਸਕਾਰ ਕਰ ਰਹੇ ਮਹਾਰਾਜ ਨੂੰ ਭੇਟਾ ਦੇ ਰਹੇ ਦਰਸ਼ਨ ਭੇਟਾ ਦੇ ਕੇ ਚਲੇ ਜਾਂਦੇ ਕੋਈ ਲੈਂਦਾ ਤਾਂ ਨਹੀਂ ਹੈ ਮੁੜ ਕੇ ਇੱਥੋਂ ਗਿਆਨ ਆ ਆਪਾਂ ਮਹਾਰਾਜ ਨੂੰ ਭੇਟਾ ਦੇ ਦਿੱਤੀ
ਹੁਣ ਸੋਚੋ ਵਿਚਾਰੋ ਕਿ ਦ੍ਰਿਸ਼ਟ ਮਨ ਭੇਟਾ ਦ੍ਰਿਸ਼ਟ ਮਨ ਚ ਲੱਗ ਜਾਣੀਆਂ ਮਹਾਰਾਜ ਦੇ ਕਾਰਜਾਂ ਨੂੰ, ਪਰ ਮਹਾਰਾਜ ਨੇ ਸਾਡੇ ਕੋਲੋਂ ਸਾਡਾ ਕੀ ਮੰਗਿਆ ਹੈ? ਕਹਿੰਦੇ ਆਪਣਾ ਮਨ ਦੇ, ਆਪਣਾ ਤਨ ਦੇ ਤੇ ਸਵਾਸਾ ਰੂਪੀ ਧਨ ਦੇ ਮੈਨੂੰ। ਤੇ ਮਹਾਰਾਜ ਕਹਿੰਦੇ ਕੀ ਕਹਿ, ਤਨ ਮਨ ਧਨ ਸਭ ਸੌਂਪ ਗੁਰੂ ਹੁਕਮ ਮੰਨਿਆ। ਭਾਈ ਇਹ ਨਿੱਤ ਆਪਾਂ ਸਾਰੇ ਪੜ੍ਹਦੇ ਨਿਤਨੇ ਦੀ ਬਾਣੀਆਂ ਦੇ ਵਿੱਚ, ਪਰ ਆਪਾਂ ਸੋਚੋ ਵਿਚਾਰੋ ਕਹਿੰਦੀ ਆਪਾਂ ਸੋਚਿਆ ਮਹਾਰਾਜ ਸਾਡੇ ਕੋਲ ਮੰਗਦੇ ਪਏ ਆ ਇਹ ਚੀਜ਼, ਤੇ ਆਪਾਂ ਸਾਰਾ ਕੁਝ ਤੁਹਾਡਾ ਹੀ ਆ ਮਹਾਰਾਜ ਦੇ ਕੇ ਆਪਾਂ ਮਨ ਨੂੰ ਫਿਰ ਚੁੱਕ ਕੇ ਲੈ ਜਾਂਦੇ ਕਿੱਥੇ ਆ? ਇਹ ਕਾਮ ਕੋਲ, ਲੋ ਮੋਹੰਕਾਰ ਦੇ ਕੋਲ। ਲੋ ਜੀ ਮੈਂ ਮਹਾਰਾਜ ਮੂਰੇ ਖੇਡ ਖੇਡਿਆ ਆ ਰੱਖਿਆ ਤੇ ਚੁੱਕ ਕੇ ਲਿਆ, ਦੱਸੋ ਕੀ ਕਰਨਾ? ਇਹ ਚੱਲ ਕ੍ਰੋਧ ਦੇ, ਕਾਮ ਦੇ, ਲੋਭ ਦੇ, ਮੋਹ ਦੇ, ਅਹੰਕਾਰ ਦੇ, ਦਵੈਤ ਦੇ, ਈਰਖਾ, ਨਿੰਦਿਆ, ਚੁਗਲੀ, ਝੂਠ ਦੇ, ਆਸ਼ਾ, ਅਭਿਲਾਸ਼ਾ, ਤਸ਼ਾਵਾਂ ਦੇ ਵਿਚਾਰ ਲਈ ਇੱਥੇ ਬੈਠਾ। ਸਰੀਰ ਦੇ ਰਹੇ ਇੱਥੇ, ਦ੍ਰਿਸ਼ਟਵਾਨ ਲੋਕਾਂ ਨੂੰ ਦੇਖਣ ਲੱਗੇ ਵੀ ਜਿਹੜਾ ਜੀਵ ਆ ਬੜਾ ਗੁਰੂ ਦਾ ਪਿਆਰਾ ਹੈ, ਬੈਠਾ ਬਾਣੀ ਸੁਣ ਰਿਹਾ, ਪਰ ਅੰਦਰ ਵਿਚਾਰ ਸ਼ੁਰੂ ਕਰਾਤੇ ਉਹਨਾਂ ਨੇ। ਹਰ ਇੱਕ ਜੀਵ ਨੂੰ ਆਪਣੇ ਮਨ ਦੀ ਅਵਸਥਾ ਦਾ ਪਤਾ ਹੈ, ਆਪਾਂ ਕਿਸੇ ਨੂੰ ਕਹਿੰਦੇ, ਪਰ ਆਪਾਂ ਜਦੋਂ ਆਪਾਂ ਬੈਠੇ ਹੁੰਦੇ ਹਾਂ ਮਨ ਆਪਣੇ ਕਿਹੜੇ ਵਿਚਾਰ ਲੈ ਰਿਹਾ ਹੁੰਦਾ? ਤੇ ਸੋਚੋ ਤੇ ਵਿਚਾਰ ਵੀ ਇੱਕ ਪਾਸੇ ਕਹਿੰਦੇ ਗੁਰੂ ਨੂੰ ਦੇ ਤਾ, ਦੂਜੇ ਪਾਸੇ ਆਪਾਂ ਕਾਮ ਕ੍ਰੋਧ ਲੋਭ ਹੰਕਾਰ ਦੇ ਵਸ ਪੈ ਕੇ ਇਹ ਸੋਚਾਂ ਲੈ ਰਹੇ ਉਹਨਾਂ ਦੀ, ਸੋਚ ਰਹੇ ਤੇ ਦਿੱਤਾ ਤਾਂ ਹੈ ਨਹੀਂ ਮਹਾਰਾਜ ਨੂੰ। ਤੇ ਮਹਾਰਾਜ ਜਿਹੜੀ ਚੀਜ਼ ਆਪਾਂ ਦੇ ਦਈਏ, ਜਿਵੇਂ ਆਪਾਂ ਵੇਖੋ ਇਹ ਜਿਹੜਾ ਆਪਾਂ ਸਾਰਾ ਹੀ ਮਹੀਨਾ ਇਸ ਅਵਸਥਾ ਚ ਆਪਾਂ ਮਨਾ ਰਹੇ ਹਾਂ ਵੀ ਸਾਡੇ ਅੰਦਰ ਜੋਸ਼ ਵੀ ਆਉਂਦਾ ਤੇ ਸਾਡਾ ਮਨ ਵਿਰਾਗ ਦੇ ਵਿੱਚ ਵੀ ਆਉਂਦਾ। ਸਰਵੰਸ ਵਾਰਤਾ ਮਹਾਰਾਜ ਨੇ ਕਿੰਨੇ ਗੁਰੂ ਦੇ ਪਿਆਰੇ ਸ਼ਹੀਦ ਹੋਏ, ਜੋਸ਼ ਆਉਂਦਾ ਵੀ ਇੰਨੀਆਂ ਛੋਟੀ ਛੋਟੀਆਂ ਜਿੰਦਾਂ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣਾ ਜੀਵਨ ਵਾਰ ਦਿੱਤਾ ਸਾਡੇ ਵਾਸਤੇ, ਕਿਸੇ ਹੋਰ ਵਾਸਤੇ ਨਹੀਂ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸਮਾਂ ਪੈਣ ਨਾਲ ਸਾਨੂੰ ਮਹਾਰਾਜ ਦੇ ਗਏ, ਸਤਿਗੁਰ ਦੇ ਗਏ ਸਦੀਵੀ। ਦੱਸੇ ਪਾਤਸ਼ਾਹ ਵੀ ਜੇਕਰ ਇਹਨਾਂ ਤੁਸੀਂ ਸ਼ਹੀਦੀਆਂ ਦਾ ਮੁੱਲ ਪਾਉਣਾ ਨਾ, ਜੋ ਗੁਰੂ ਸਾਹਿਬ ਕਹਿੰਦੇ ਸਤ ਕਰਕੇ ਮੰਗ। ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ। ਕਹਿੰਦੇ ਰੂਪ ਬਣ ਜਾਓ, ਜੋ ਅਸੀਂ ਕਹਿ ਰਹੇ ਹਾਂ ਉਹ ਸਤ ਕਰਕੇ ਮੰਨਿਓ ਸੰਸਾਰ ਚ ਆਪਾਂ ਜਿਉਣਾ ਚਾਹੁੰਦੇ। ਕਿਉਂਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੇ, ਵੱਡਿਆਂ ਸਾਹਿਬਜ਼ਾਦਿਆਂ ਨੇ, ਗੁਰਸਿੱਖਾਂ ਨੇ, ਮਾਤਾ ਜੀ ਨੇ ਇੰਨੀ ਸ਼ਬਦ ਦੀ ਕਮਾਈ ਕੀਤੀ ਸੀਗੀ ਵੀ ਇਸ ਸਰੀਰ ਤੋਂ ਮਰਨਾ ਸਿੱਖਿਆ ਹੋਇਆ ਸੀਗਾ, ਦੇਹ ਤੋਂ ਵਧੇ ਹੋਣਾ ਸਿੱਖਿਆ ਸੀਗਾ। ਜਿਵੇਂ ਰੋਜ਼ ਰਾਤ ਨੂੰ ਆਪਾਂ ਸੋ ਜਾਂਦੇ ਹਾਂ ਨਾ, ਰਾਤ ਪੈਂਦੀ ਆ, ਆਪਾਂ ਆਪਣੇ ਆਪ ਨਹੀਂ ਜਾਂਦੇ, ਪਹਿਲਾਂ ਵਜਨ ਕੀਤੇ ਹੁਣ ਧੱਕੇ ਮਾਰ ਕੱਢਿਆ ਜਾ ਰਿਹਾ ਕਾਲ ਦੇ ਦੇਸ਼ ਚ ਨਿਕਲ ਦੇ। ਪਰ ਉਹਨਾਂ ਦਾ ਇੰਨਾ ਅਭਿਆਸ ਸੀ ਉਹ ਇਸ ਤ੍ਰਿਲੋਕੀ ਨੂੰ, ਜਿਹੜੇ ਤ੍ਰੈ ਗੁਣ ਕਾਲੇ ਕੀ ਸਰਕਾਰਾ, ਰਜਗੁਣ, ਤਮਗੁਣ, ਸਤੋਗੁਣ, ਇਹਨਾਂ ਦੇ ਵਿਚਾਰਾਂ ਨੂੰ ਸਮੇਟ ਕੇ ਆਪ ਸ਼ਬਦ ਦਾ ਅਭਿਆਸ ਕਰਕੇ ਦੇਹ ਤੋਂ ਵੱਖ ਹੋਣਾ ਸਿੱਖੇ ਹੋਏ ਸੀਗੇ। ਮਰਨਾ ਕਬੂਲ ਕਰ ਲਿਆ ਸੀ ਉਹਨਾਂ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਾ, ਉਹ ਜਿਉਣ ਦੀ ਆਸ ਮੁਕਾ ਚੁੱਕੇ ਸੀਗੇ। ਕਿਉਂਕਿ ਉਹਨਾਂ ਨੂੰ ਪਤਾ ਜਿੰਨ ਚਿਰ ਆਸ ਚੱਲਦੀ ਹੈ ਮਨ ਦੇ ਵਿੱਚ ਆਪਾਂ ਮਰ ਨਹੀਂ ਸਕਦੇ। ਇਸੇ ਪ੍ਰਕਾਰ ਮੰਨ ਲਓ ਜੇ ਕਿਸੇ ਨੇ ਮਰਨਾ ਹੋਵੇ, ਛੱਤ ਤੋਂ ਛਾਲ ਮਾਰਨੀ ਤੋਂ ਛਾਲ ਮਾਰਨੀ ਹੋਵੇ, ਤਾਂ ਮਹਾਰਾਜ ਕੀ ਸਮਝਾਉਂਦੇ ਆਪਾਂ ਨੂੰ? ਜੋ ਸੱਜੇ ਖੱਬੇ ਦੇਖਣ ਲੱਗ ਜੇ, ਕਿਸੇ ਨਾਲ ਗੱਲਾਂ ਕਰਨ ਲੱਗ ਜੇ, ਆਪਣੇ ਲੀੜੇ ਸਾਂਭਣ ਲੱਗ ਜੇ, ਉਹ ਮਰ ਤਾਂ ਨਹੀਂ ਸਕਦਾ, ਉਹਦਾ ਧਿਆਨ ਹੀ ਬਦਲ ਗਿਆ। ਹੁਣ ਸੋਚੋ ਆਪਾਂ ਸਾਰੇ ਇੱਥੇ ਮਰਨ ਵਾਸਤੇ ਆਏ ਸੀ ਗੁਰੂ ਸਾਹਿਬ ਦੇ ਕੋਲ, ਪਹਿਲਾਂ ਮਨ ਕਬੂਲ ਜੀਵਨ ਕੀ ਛੱਟ ਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਮਾਰੋ। ਹੁਣ ਸੋਚੋ ਵਿਚਾਰੋ ਕਿ ਆਪਾਂ ਰੇਣਕਾ ਬਣ ਗਏ ਇੱਥੇ ਆ ਕੇ, ਕਿ ਅਸੀਂ ਇੰਨੇ ਨਿਮਾਣੇ ਨਿਤਾਣੇ ਹੋ ਗਏ ਹਾਂ, ਇੰਨੇ ਨੀਵੇਂ ਹੋ ਗਏ ਹਾਂ ਵੀ ਸਾਡਾ ਮਨ ਇਸ ਵਸਾ ਵਿਚਰਦਾ ਗੁਰੂ ਸਾਹਿਬ ਦੇ ਕੋਲ ਆ ਕੇ। ਇਹ ਅਸੀਂ ਆਪਣੇ ਆਪ ਦੀ ਪੜਚੋਲ ਆਪ ਕਰਨੀ ਆ। ਗੁਰੂ ਸਾਹਿਬ ਨੇ ਸਮਝਾਉਣਾ ਹੈ ਕੀਰਤਨ ਰਾਹੀਂ, ਢਾਡੀ ਵਾਲਾ ਰਾਹੀਂ, ਕਥਾ ਰਾਹੀਂ, ਵਿਸ਼ਰੀ ਰਾਹੀਂ, ਪਰ ਆਪਾਂ ਸਮਝਣਾ ਵੀ ਆਪਾਂ ਇਸ ਚੀਜ਼ ਨੂੰ ਆਪਣੇ ਉੱਤੇ ਪੜਚੋਲ ਕਰ ਰਹੇ ਹਾਂ। ਸਭ ਦੀ ਆਪੋ ਆਪਣੀ ਕਹਾਣੀ ਆ, ਇਹ ਨਹੀਂ ਵੀ ਗੁਰੂ ਤੱਕ ਕਿਸੇ ਹੋਰ ਨੂੰ ਸਮਝਾ ਰਿਹਾ, ਮੈਂ ਦਾਤ ਲੈ ਰਹੀ ਅੰਮ੍ਰਿਤ ਦੀ ਸਰੂਪ ਰੱਖ ਲਿਆ, ਕਹਿੰਦੀ ਮੈਨੂੰ ਨੀ ਕਹਿ ਰਹੇ ਗੁਰੂ ਸਾਹਿਬ ਅਮਰ ਦੀ ਦਾਤ ਲੈ ਕੇ ਸਰੂਪ ਰੱਖ ਕੇ ਆਪਾਂ ਗੁਰਮੁਖੋ ਅਜੇ ਸਕੂਲ ਚ ਦਾਖਲ ਹੋਣੇ ਆ, ਅੱਜ ਤਾਂ ਪੜ੍ਹਾਈ ਕਰਨੀ ਸ਼ੁਰੂ ਹੋਣੀ ਆਪਣੀ, ਤਾਂ ਪਹਿਲੀ ਜਮਾਤ ਚ ਬੈਠਣਾ ਆਪਾਂ ਆ ਕੇ। ਜਿਹੜੇ ਬੱਚੇ ਨੂੰ, ਜਿਹੜੇ ਸਿਖਿਆਰਥੀ ਨੂੰ ਸਕੂਲ ਚ ਬੈਠਣਾ ਨੀ ਆਉਂਦਾ, ਉਹ ਕਦੇ ਪਾਸ ਨਹੀਂ ਹੋ ਸਕਦਾ। ਤੇ ਆਪਾਂ ਦੇਖੀਏ, ਸੋਚੀਏ, ਵਿਚਾਰੀਏ, ਆਪਾਂ ਸਾਰੇ ਬੈਠੇ ਆ, ਪਰ ਜੇ ਆਪਣਾ ਧਿਆਨ ਹੀ ਸੱਜੇ ਖੱਬੇ ਆ,
जे अपना ध्यान ही फोन दे विच आ गल कर रहे जां कोई आ रहा कि जा रहा ओदे विच आ मतलब बैठना नहीं हजे आया आपां नूं कला चौंकड़ा मार लेना बैठना नहीं जिहड़े तुहाडे मन ने सिख गुरसिख गुरमुख बनना गुरु की मत लैनी कि उह हाजर है कि उह बैठ गया गुरु कोल गुरु की सिक्ख्या लैण वास्ते तुहानूं सारिआं नूं फुरने तों रहत होना पैंदा सोचा ते महाराज कहिंदे तरक्की उसत करो संत मीत सावधान कहिंदी इस वास्ते बैठो महाराज कहिंदे मैं तुहानूं सारा ज्ञान दे दूं गुरु तो बगैर तुहानूं ज्ञान नहीं किसे नूं हो सकदा जिन्ना मर्जी आपां कोशिश करिए जिहड़ा गुरु का ज्ञान आ इह ब्रह्म का ज्ञान आ इह ब्रह्म ज्ञान का सोमा है जिथे सानूं अपने जीवन की जांच मिलनी है किवें आपां जीवन जीना संसार दे उत्ते ਤੁਹਾਨੂੰ ਕੋਈ ਜਿਉਣ ਦਾ ਤਰੀਕਾ ਨਹੀਂ ਦੱਸ ਸਕਦਾ ਗੁਰੂ ਨੂੰ ਛੱਡ ਗੁਰੂ ਸਾਹਿਬ ਆ ਕੇਵਲ ਜਿਹੜੇ ਤੁਹਾਨੂੰ ਜਿਉਣ ਦੀ ਜੋਤੀ ਸਿਖਾ ਰਹੇ ਆ ਜਿਉਣ ਦਾ ਤਰੀਕਾ ਸਮਝਾ ਰਹੇ ਢੰਗ ਵੀ ਕਿਵੇਂ ਤੂੰ ਆਪਣੇ ਜੀਵਨ ਨੂੰ ਜਿਉਣਾ ਹੈ ਕਿਵੇਂ ਗੁਰੂ ਦੇ ਆਖੇ ਲੜ ਕੇ ਕਿਵੇਂ ਗੁਰੂ ਦੇ ਲੜ ਲੱਗ ਕੇ ਤੂੰ ਇਸ ਜੀਵਨ ਨੂੰ ਸਵਾਰਨਾ ਹੈ ਹੁਣ ਸੋਚੋ ਵਿਚਾਰੋ ਆਪਾਂ ਨੂੰ ਆਉਂਦਿਆਂ ਨੂੰ ਜਾਂ ਬਾਣੀ ਪੜ੍ਹਦਿਆਂ ਨੂੰ ਮਾਰੇ ਕਿੰਨੇ ਸਮਾਂ ਬੀਤ ਗਿਆ ਸਾਡੇ ਵਿਚ ਕੀ ਚੇਂਜ ਆਇਆ ਬੱਚਾ ਸਕੂਲ ਜਾਵੇ ਮਾਤਾ ਪੁੱਤ ਸਕੂਲ ਗਿਆ ਸੀ ਕੀ ਪੜ੍ਹ ਕੇ ਆਇਆ ਜੇਕਰ ਬੱਚਾ ਕੋਈ ਜਵਾਬ ਨਾ ਦੇਵੇ ਮਾਂ ਪਿਓ ਸਮਝਦੇ ਬੱਚਾ ਪੜ੍ਹਦਾ ਨੀ ਫਿਰ ਉਹਦੇ ਟੀਚਰ ਦੀ ਵੀ ਕੰਪਲੇਂਟ ਆ ਜਾਂਦੀ ਘਰੇ ਬੱਚਾ ਤੁਹਾਡਾ ਪੜ੍ਹਦਾ ਨੀ ਫਿਰ ਮਾਂ ਨੂੰ ਪੂਰਾ ਭਰੋਸਾ ਹੋ ਜਾਂਦਾ ਵਾਕਿਆ ਬੱਚਾ ਪੜ੍ਹਦਾ ਨੀ ਪਿਆ ਕੀ ਕੀਤਾ ਜਾ ਹੁਣ ਸੋਚੋ ਵਿਚਾਰੋ ਆਪਾਂ ਸਾਰੇ ਗੁਰੂ ਸਾਹਿਬ ਕੋਲ ਆ ਗਏ ਸਕੂਲ ਦੇ ਵਿਚ ਸਤਸੰਗਤ ਸਤਗੁਰ ਚੱਕ ਸਾਲ ਅਜਿਤ ਹਰਗੁਣ ਸਿੰਘ ਆਪਾਂ ਸਿੱਖਣ ਵਾਸਤੇ ਐਸੀ ਇੱਥੇ ਸਾਰੇ ਜਾਣੇ ਸਿੱਖੀ ਸਿੱਖਿਆ ਗੁਰ ਵਿਚਾਰ ਹੁਣ ਸੋਚੋ ਤੇ ਵਿਚਾਰੋ ਆਪਾਂ ਕੀ ਸਿੱਖੇ ਜਾਂਦੇ ਇੱਥੋਂ ਗੁਰੂ ਸਾਹਿਬ ਕਹਿੰਦੇ ਦੁਰਧਾ ਨਾ ਕਰੋ ਕਿਸੇ ਨਾਲ ਚੁਗਲੀ ਨਾ ਕਰੋ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਦੀ ਹੋਮੇ ਤੋਂ ਰਹਿਤ ਤੇ ਲੋਕ ਲੱਗਿਆ ਰਹਿਤ ਹੋ ਜਾਓ ਕਿ ਆਪਾਂ ਹੋ ਰਹੇ ਹਾਂ ਜੇ ਹੋ ਰਹੇ ਹਾਂ ਬਹੁਤ ਵੱਡੇ ਭਾਗ ਆ ਆਪਣੇ ਆਪਾਂ ਗੁਰੂ ਦਾ ਬਚਨ ਕਮਾ ਰਹੇ ਹਾਂ ਪਰ ਜੇ ਆਪਾਂ ਉੱਦਾਂ ਦੇ ਹੀ ਹਾਂ ਜਨਮ ਤੋਂ ਲੈ ਕੇ ਹੁਣ ਤੱਕ ਬਦਲੇ ਨੀ ਤੇ ਸੋਚੋ ਵਿਚਾਰੋ ਵੀ ਆਪਾਂ ਗੁਰੂ ਦੇ ਸਕੂਲ ਜਾ ਰਹੇ ਹਾਂ ਜਾਂ ਕਾਮ ਕ੍ਰੋਧ ਲੋਭ ਹੰਕਾਰ ਦੇ ਸਕੂਲ ਜਾ ਰਹੇ ਹਾਂ ਸਰੀਰ ਨੂੰ ਲਿਆਉਂਦੇ ਹਾਂ ਸੁਰਤੀ ਨੂੰ ਆਪਾਂ ਕਿੱਥੇ ਭੇਜ ਦਿੰਦੇ ਹਾਂ ਉਹਨਾਂ ਦੇ ਕੋਲ ਲੈ ਜੀ ਆਪਾਂ ਸਰੀਰ ਰੱਖ ਦਿੱਤਾ ਇਹਨੂੰ ਜੋ ਪਾਠ ਪੜ੍ਹਾਉਣਾ ਪੜ੍ਹਾਓ ਗੁਰੂ ਸਾਹਿਬ ਤੁਹਾਨੂੰ ਭੇਜ ਦੇ ਰਹੇ ਆਪਣੇ ਆਪ ਦਾ ਮਨ ਦਾ ਆਤਮਾ ਦਾ ਕਾਮ ਕ੍ਰੋਧ ਲੋਭ ਹੰਕਾਰ ਦਾ ਪਰਮਾਤਮਾ ਦਾ ਆਤਮਾ ਦਾ ਪਰ ਆਪਾਂ ਨੂੰ ਗਿਆਨ ਹੀ ਨਹੀਂ ਹੋਇਆ ਦੇਖੋ ਨਾ ਸਾਨੂੰ ਮਨ ਦਾ ਪਤਾ ਨਾ ਸਾਨੂੰ ਕਾਮ ਕ੍ਰੋਧ ਲੋਭ ਹੰਕਾਰ ਦਾ ਪਤਾ ਨਾ ਹੀ ਸਾਨੂੰ ਪਰਮਾਤਮਾ ਦਾ ਪਤਾ ਨਾ ਹੀ ਸਾਨੂੰ ਆਤਮਾ ਦਾ ਪਤਾ ਪਤਾ ਕਿਹੜੀ ਗੱਲ ਦਾ ਸੁਬਹ ਲੱਗੇ ਸ਼ਾਮ ਤੱਕ ਇੱਕ ਗੱਲ ਦਾ ਲੜਾਈ ਝਗੜਾ ਕਰਨ ਦਾ ਮਾੜੇ ਵਚਨ ਬੋਲਣ ਦਾ ਇਹ ਜਿੰਨੇ ਮੈਂ ਸਭ ਤੋਂ ਕਰਾ ਲਓ ਸਵੇਰੇ ਵੱਲੋਂ ਸ਼ੁਰੂ ਹੋ ਜਾਂਦੇ ਆਪਾਂ ਸ਼ਾਮ ਤੱਕ ਆਪਾਂ ਇਹੀ ਕੰਮ ਕਰਦੇ ਹਾਂ ਬਾਣੀ ਦੇ ਪਦ ਤੋਂ ਪੜ੍ਹਦੇ ਮਹਾਰਾਜ ਉਹਦੇ ਮਨ ਵਿਚਾਰਾਂ ਚਲੀ ਜਾਂਦੀਆਂ ਚੱਲਦੀਆਂ ਸਭ ਦੇ ਅੰਦਰ ਵਿਚਾਰਾਂ ਬੋਲ ਕੇ ਦੱਸ ਚੱਲਦੀਆਂ ਨਾ ਜੀ ਫਿਰ ਆਪਾਂ ਗੁਰੂ ਦੀ ਬਾਣੀ ਤਾਂ ਪੜ੍ਹਦੇ ਨੀ ਪਏ ਹੈ ਮਨ ਦਾ ਪਾਠ ਪੜ੍ਹਾਉਂਦੇ ਨੀ ਪਈ ਹੈ ਗੁਰੂ ਦੀ ਬਾਣੀ ਦਾ ਉਹ ਕਿਉਂ ਨਹੀਂ ਕਿਉਂਕਿ ਤੁਸੀਂ ਬਾਣੀ ਨੂੰ ਸਹਿਜ ਵਿੱਚ ਵਿਚਾਰਨ ਦੀ ਆਪਾਂ ਜੋ ਹੈ ਉਹ ਕਲਾ ਦਿੰਦੇ ਨੀ ਪਏ ਜੇ ਆਪਾਂ ਵੇਖਿਆ ਤੇ ਗੁਰੂ ਦੀ ਬਾਣੀ ਬ੍ਰਹਮ ਦੀ ਬਾਣੀ ਆ ਤੁਰਕੀ ਬਾਣੀ ਆ ਅਸੀਂ ਵਿਚਾਰ ਕੇ ਚੱਲੀਏ ਆਪਾਂ ਆਪ ਮਹਾਰਾਜ ਸਮਝਾਉਂਦੇ ਆ ਵੀ ਕਿਣਕਾ ਵੀ ਤੇ ਜੀ ਦਾ ਇਹਦੇ ਅੰਦਰ ਵਸ ਜਾਵੇ ਨਾ ਗੁਰੂ ਦੀ ਬਾਣੀ ਦਾ ਤਾਂ ਜੀਵਨ ਬਦਲ ਜਾਂਦਾ ਹੈ ਤੇ ਸਾਡਾ ਜੇ ਜੀਵਨ ਬਦਲ ਗਿਆ ਤਾਂ ਕਿਣਕਾ ਸਾਡੇ ਅੰਦਰ ਵਸ ਚੁੱਕਾ ਹੈ ਨਹੀਂ ਬਦਲਿਆ ਸਮਝੋ ਕਿਣਕਾ ਵੀ ਸਾਡੇ ਮਨ ਚ ਵਸਿਆ ਅਜੇ ਤੱਕ ਕਿਉਂਕਿ ਆਪਾਂ ਐਜ਼ ਆ ਸਟੂਡੈਂਟ ਨਹੀਂ ਆਉਂਦੇ ਹੈ ਗੁਰੂ ਦੇ ਕੋਲ ਸਿਰਫ ਲੋਕ ਲੱਜਾ ਵਿੱਚ ਆਉਂਦੇ ਵੀ ਕਹਿਣਾ ਘਰ ਦੇ ਕਹਿੰਦੇ ਗੁਰਦੁਆਰੇ ਨਹੀਂ ਜਾਂਦਾ ਚਲੋ ਉੱਥੇ ਕਿਸੇ ਨਾਲ ਮੇਲ ਮਿਲਾਪ ਕਰ ਲਾਂਗੇ ਆਪਾਂ ਮਿਲ ਲਾਂਗੇ ਗੱਲਬਾਤ ਕਰ ਲਾਂਗੇ ਦੋ ਘੜੀ ਚਲੋ ਆਪਾਂ ਗੁਰਮੁਖ ਉੱਤੇ ਬਾਣੀ ਪੜ੍ਹਦੇ ਹਾਂ ਬਾਣੀ ਸੁਣ ਲਾਂਗੇ ਸਿਰਫ ਇੱਕ ਲੋਕਾਚਾਰੀ ਕਰਕੇ ਆਉਂਦੇ ਆਪਾਂ ਜਿਹੜਾ ਜੀ ਗੁਰੂ ਦੇ ਦਰ ਤੇ ਗੁਰੂ ਦੇ ਘਰ ਤੇ ਇੱਕ ਸਕੂਲ ਵਜੋਂ ਆਉਂਦਾ ਮੈਂ ਸਿੱਖਣ ਚੱਲਿਆ ਆਪਣੇ ਗੁਰੂ ਦੇ ਕੋਲ ਅੱਜ ਐਤਵਾਰ ਦਿਨ ਬਾਹਰਲੇ ਮੁਲਕਾਂ ਚ ਸਮਾਂ ਘੱਟ ਹੁੰਦਾ ਹਰ ਇੱਕ ਜੀਵ ਦੇ ਕੋਲ ਤੇ ਅੱਜ ਪੂਰਾ ਦਿਨ ਗੁਰੂ ਦੇ ਲੇਖੇ ਲਾਉਣ ਤੇ ਸਵੇਰ ਤੋਂ ਉੱਠਦਿਆਂ ਸਾਰੇ ਹੀ ਮਨ ਫਿਰ ਮਾਇਆ ਦੇ ਘਰ ਵਿੱਚ ਮਾਇਆ ਦੀ ਸੋਚਾਂ ਦੇ ਵਿੱਚ ਇਸ ਕਰਕੇ ਮਹਾਰਾਜ ਕਹਿੰਦੇ ਸੋਚ ਕਰੇ ਦਿਨ ਰਾਤ ਮਨ ਕੀ ਮੈਲ ਨਾ ਤਨ ਤੇ ਜਾ ਇਹ ਜਿਹੜੇ ਆਪਾਂ ਪਰਿਵਾਰ ਸਾਰੇ ਸੰਜੋਗੀ ਇਕੱਠੇ ਹੋਏ ਸੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਸੋ ਨਾ ਸਕੇ
ਜੋ ਰਾਤ ਪਈ ਆਪਾਂ ਪਹਿਲਾਂ ਵਿਚਾਰ ਕਰ ਰਹੇ ਸੀਗੇ ਸੱਤ ਰਿਸ਼ਤਾ ਟੁੱਟ ਗਿਆ ਆਪਣਾ, ਤੁਹਾਨੂੰ ਬਿਪਤਾ ਪੈ ਗਈ, ਨਾ ਉਹਦੇ ਪ੍ਰਮਾਤਮਾ ਸਾਥ ਹੋਇਆ ਨਾ ਸਾਡੇ ਸੰਯੋਗੀ ਸੀਗੇ ਮਾਤਾ ਪਿਤਾ ਭਾਈ ਭੈਣ, ਇਹ ਤੋਂ ਆਪਾਂ ਟੁੱਟ ਗਏ। ਤੇ ਮਹਾਰਾਜ ਕਹਿੰਦੇ ਵੀ ਸੰਤ ਸਖਾ ਸਾਹਿਬ ਕਹੋ ਨਾ ਨਿਵੇ ਹੋ ਸਾਥ, ਕਹੋ ਨਾਨਕ ਬਿਪਤ ਮੈਂ ਏਕ ਏਕ ਰਘੁਨਾਥ। ਰਘੁਨਾਥ ਦਾ ਕਦੇ ਪਤਾ ਨੀ ਕੀਤਾ ਗੁਰੂ ਕੋਲ ਆ ਕੇ, ਉਹ ਜੇ ਹਰੀ ਦੇ ਨਾਮ ਨੇ ਸਾਡੀ ਰੱਖਿਆ ਕਰਨੀ ਸੀਗੀ, ਉਹ ਹਰੀ ਦੇ ਨਾਮ ਦਾ ਕਦੇ ਭੇਤ ਨੀ ਲਿਆ। ਪੜ੍ਹਦੇ ਰਹੇ ਵੀ ਨੌ ਨਿਤ ਅੰਮ੍ਰਿਤ ਪ੍ਰਭਾ ਨਾਮ ਦੇਹੀ ਮੈਂ ਕਾ ਵਿਸਰਾਮ, ਪਰ ਕਦੇ ਖੋਜਣ ਲੋੜ ਹੀ ਨੀ ਪਈ। ਕਿਉਂ ਖੋਜਣਾ ਚਾਹੁੰਦੇ ਨੀ ਆਪਾਂ, ਜਿਹੜਾ ਬੰਦਾ ਖੋਜੀ ਹੁੰਦਾ ਲੱਭਣ ਆਉਂਦਾ। ਫਰਜ਼ ਕਰ ਲੋ ਕੋਈ ਜੀਵ ਗੁਰੂ ਘਰ ਕੋਈ ਚੀਜ਼ ਛੱਡ ਜਾਵੇ ਆਪਣੀ, ਉਹ ਲੱਭਣ ਆਉਂਦਾ ਹੈ। ਉਹਦਾ ਪਿਆਰ ਹੀ ਇੰਨਾ ਕਿ ਉਹਦਾ ਧਿਆਨ ਵਸਤੂ ਵਿੱਚ ਰਹਿ ਗਿਆ, ਕੌਣ ਆ ਰਿਹਾ ਕੌਣ ਜਾ ਰਿਹਾ ਮੈਨੂੰ ਕੋਈ ਲੋੜ ਨਹੀਂ, ਮੈਂ ਆਪਣੀ ਵਸਤੂ ਲੱਭਣੀ। ਏਦਾਂ ਅਸੀਂ ਗੁਰੂ ਕੋਲ ਜਦੋਂ ਆਉਣਾ ਹੈ ਕੋਈ ਕਹਿਣਾ ਮੈਂ ਗੁਆਚ ਗਿਆ ਹੈ ਇਸ ਮਨ ਕੋ, ਕੋਈ ਖੋਜੋ ਭਾਈ ਕੰਨ ਛੁੱਟੇ ਮਨ ਕਹਾਂ ਸਮਾਏ। ਸਵਾਲ ਕਰਤਾ ਫਿਰ ਮਹਾਰਾਜ ਨੇ, ਰਾਤ ਪੈਂਦੀ ਆ ਤਨ ਛੱਡ ਦਿੱਤਾ, ਮਨ ਕਿੱਥੇ ਗਿਆ ਆਪਣਾ, ਕਾਇਆ ਵਿੱਚ ਆ ਗਏ ਹਾਂ ਉਦੋਂ ਮਨ ਕਿੱਥੇ ਆਪਣਾ, ਮਨ ਵਿਚਾਰਾਂ ਜਦੋਂ ਆਪਾਂ ਕਿ ਸੋਚੇ ਨੀ, ਮਨ ਵਿਚਾਰਾਂ ਦੇ ਵਿੱਚ ਗੁੰਮ ਗਿਆ ਏ ਗੁਆਚ ਗਿਆ ਏ। ਜਿਹਨੇ ਬਾਣੀ ਪੜ੍ਹ ਕੇ ਆਪਣੇ ਦੀ ਖੋਜ ਕਰਨੀ ਸੀ ਉਹੀ ਗੁਆਚਿਆ ਫਿਰਦਾ ਏ, ਤੇ ਸਵਰੇ ਕਰਕੇ। ਇਸ ਕਰਕੇ ਤਾਂ ਹੀ ਮਹਾਰਾਜ ਕਹਿੰਦੇ ਤਹੀਂ ਗੁਣੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿਣ ਗਾਣੀ। ਆਪਾਂ ਗੁਰ ਤੋਂ ਸੌ ਚੁੱਕੇ ਸਾਰੇ ਜਾਣੇ, ਸੁਤੜੇ ਸੰਤ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਜੇ ਰਸਨਾ ਨਾਮ। ਆਪਾਂ ਤਾਂ ਜਾਗਾਂਗੇ, ਹੁਣ ਸੌਂਗੇ ਆਪਾਂ, ਤੇ ਮਹਾਰਾਜ ਕਹਿੰਦੇ ਉਸ ਪਰਮੇਸ਼ਵਰ ਨੂੰ ਸਿਮਰ, ਉਹਦਾ ਸਿਮਰਨ ਕਰਨ ਨਾਲ ਉਹਦੀ ਯਾਦ ਮਨ ਚ ਵਸਾਉਣ ਨਾਲ ਤੂੰ ਜਾਗ ਜਾਏਗਾ। ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਕਹਿੰਦੇ ਸੁੱਤੇ ਮਨ ਨੂੰ ਜਗਾਉਣਾ, ਗੁਰੂ ਨੂੰ ਸਿਮਰ, ਗੁਰੂ ਦੀ ਬਾਣੀ ਪੜ੍ਹ ਕੇ ਜੀਵਨ ਦਾ ਪ੍ਰੈਕਟੀਕਲ ਕਰ, ਜੋ ਤੁਹਾਨੂੰ ਮਹਾਰਾਜ ਕਹਿੰਦੇ ਕਹਿੰਦੇ ਉਹਨੂੰ ਪ੍ਰਤੱਖ ਕਰਕੇ ਮੰਨ। ਤੇ ਜਿਨ੍ਹਾਂ ਨੇ ਮੰਨਿਆ ਤੇ ਮਹਾਰਾਜ ਕੀ ਸਮਝਾਉਂਦੇ ਆ, ਕਹਿੰਦੇ ਪ੍ਰਤੱਖ ਆਉਣ ਦਾ ਨਿਸਤਾਰਾ ਕਰਤਾ ਗੁਰੂ ਸਾਹਿਬ। ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਤੇ ਬਾਣੀ ਅੰਮ੍ਰਿਤ ਸਾਰੇ, ਸਾਰਾ ਹੀ ਸੁੱਖ ਮਹਾਰਾਜ ਦੀ ਬਾਣੀ ਦੇ ਵਿੱਚ ਆ। ਪਰ ਜੇ ਆਪਾਂ ਲੱਭਾਂਗੇ ਤਾਂ ਖੋਜੀ ਬਣਨਾ ਪੈਂਦਾ। ਨਿਤ ਪੜ੍ਹਦੇ ਹਾਂ ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ, ਕਦੇ ਵਿਚਾਰਿਆ ਨੀ ਕੂੜ ਦੀ ਪਾਲ ਕਿਹੜੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਲਿਖ ਕੇ ਭੇਜਿਆ ਸੀਗਾ ਹੁਕਮ, ਪਰਮੇਸ਼ਵਰ ਦਾ ਨਾਮ ਤੁਹਾਡੇ ਨਾਲ ਭੇਜਿਆ ਸੀ, ਇਹਦੀ ਰਜਾ ਦੇ ਵਿੱਚ ਰਹਿਣਾ, ਹੁਕਮ ਦੇ ਵਿੱਚ ਰਹਿਣਾ। ਪਰ ਆਪਾਂ ਫੇਰ ਭੁੱਲ ਗਏ ਵੀ ਹੁਕਮ ਕਿੱਥੇ, ਉਹ ਨਾਮ ਤੁਹਾਡੇ ਸਰੀਰ ਦੇ ਵਿੱਚ ਕਿੱਥੇ ਹੈ, ਤੁਸੀਂ ਕਿਵੇਂ ਵਿਚਾਰਾਂ ਨੂੰ ਕੂੜ ਦੀ ਪਾਲ ਨੂੰ ਤੋੜਨਾ ਹੈ, ਤੁਸੀਂ ਕਿਵੇਂ ਗੁਰੂ ਸਾਹਿਬ ਬਚਨ ਕਮਾ ਕੇ ਗੁਰੂ ਗੁਰੂ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਤੁਹਾਡੇ ਸੰਸਾਰ ਦੇ ਵਿੱਚ ਜਿਹੜਾ ਭਲਾ ਚੱਲਦਾ ਸਿਰਫ ਗੁਰੂ ਸਾਹਿਬ ਆ, ਦੂਜੇ ਕੋਈ ਨਹੀਂ ਹੈ। ਸਾਰੇ ਆਪਣੇ ਮਕਸਦਾਂ ਜੁੜ ਚੁੱਕੇ ਆ ਇੱਥੇ, ਸਿਰਫ ਗੁਰੂ ਸਾਹਿਬ ਆ ਤੁਹਾਨੂੰ ਇਸ ਮਾਇਆ ਦੇ ਘਰ ਤੋਂ ਬਾਹਰ ਕੱਢਦੇ। ਆਓ ਆਪਾਂ ਨਾਲ ਨਾਲ ਪ੍ਰੈਕਟੀਕਲ ਕਰੀਏ, ਵਾਕਿਆ ਵੀ ਅਸੀਂ ਗੁਰੂ ਸਾਹਿਬ ਦੇ ਬਚਨ ਕਮਾਨ ਜੋਗੇ ਹੈਗੇ। ਦੇਖੋ ਆਪਾਂ ਸੰਸਾਰ ਨੂੰ ਸੁਣਾਉਂਦੇ ਹਾਂ, ਇੱਥੇ ਆ ਕੇ ਆਪਾਂ ਬੋਲ ਸਾਡਾ ਮਨ ਬੋਲੀ ਕਹਿ ਰਿਹਾ ਸੁਣਾਉਂਦੇ ਪਏ ਹਾਂ, ਜਦਕਿ ਮਹਾਰਾਜ ਕਹਿੰਦੇ ਆਇਓ ਕੀ ਕਰਨਾ ਅਸੀਂ ਗੁਰੂ ਘਰ ਵਿੱਚ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਵਿਰਥਾ ਜਨਮ ਪ੍ਰਾਣੀ। ਇੱਥੇ ਕੇ ਨਾਮ ਤਾਂ ਭੇਜ ਦੇਣਾ ਸੀ ਮਹਾਰਾਜ ਦੇ ਕੋਲ, ਸਤਿਗੁਰ ਪਾਸ ਬੇਨਤੀ ਆ ਮਿਲੇ ਨਾਮ ਅਧਾਰਾ। ਪੜ੍ਹਦੇ ਹਾਂ ਵੀ ਸਾਚਾ ਨਾਮ ਮੇਰਾ ਅਧਾਰੋ, ਸਾਚ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵੱਡੇ। ਸਾਰਾ ਆਪਾਂ ਨੂੰ ਭੇਜ ਦੇ ਤਾ, ਜਿਹਨੇ ਨਾਮ ਨੂੰ ਆਧਾਰ ਬਣਾ ਲਿਆ ਆਪਣੇ ਜੀਵਨ ਦੇ ਵਿੱਚ, ਜਿਹੜਾ ਨਾਮ ਪਰਮੇਸ਼ਵਰ ਦੇ ਮੁਖ ਦੀ ਆਵਾਜ਼ ਆ, ਲਿਖਣ ਪੜ੍ਹਨ ਵਿੱਚ ਨਹੀਂ ਆਉਂਦੀ। ਕੋਈ ਸੰਤ ਮਹਾਤਮਾ ਸਾਧੂ ਨਾਮ ਨੂੰ ਦੇ ਨਹੀਂ ਸਕਦਾ, ਉਹ ਗੁਰੂ ਸਾਹਿਬ ਤੋਂ ਗਿਆਨ ਲੈ ਕੇ ਤੁਹਾਡੇ ਅੰਦਰੋਂ ਪ੍ਰਗਟ ਹੋਣਾ। ਕਹਿੰਦੇ ਗ੍ਰਹਿ ਹੋ ਸਰੀਰ ਗੁਰਮਤੀ ਖੋਜੇ ਨਾਮ ਪ੍ਰਾਪਤ, ਜਿਹਨੇ ਇਸ ਕਾਇਆ ਦੀ ਖੋਜ ਕੀਤੀ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋਈ, ਤੇ ਨਾਮ ਦੇ ਵਿੱਚ ਸਾਰੇ ਸੁੱਖ। ਤੇ ਜਿਹਨਾਂ ਜੀਆਂ ਨੂੰ ਭੇਤ ਆ ਜਾਂਦਾ ਉਹ ਇੱਕੇ ਬੇਨਤੀ ਕਰਦੇ ਆ, ਬਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਵ ਨਾਮ ਸੰਤੋਖੀਆ ਉਤਰੇ ਮਨ ਕੇ ਭੁੱਖ। ਮੈਨੂੰ ਨਾਮ ਦਾ ਆਧਾਰ ਦੋ, ਉਹ ਨਾਮ ਦਾ ਤੋਸਾ ਦੋ,
ਉਹ ਨਾਮ ਆਹਾਰ ਦੋ, ਨਾਮ ਹੀ ਮੇਰਾ ਕੱਪੜਾ ਹੈ, ਨਾਮ ਹੀ ਮੇਰੀ ਪਾਤਾ, ਤੇ ਕਿਰਪਾ ਕਰੋ ਨਾਮ ਦਾ ਭੇਜ ਦੋ। ਤੇ ਮਹਾਰਾਜ ਤੁਹਾਨੂੰ ਸਮਝਾ ਰਹੇ ਸਾਰਿਆਂ ਨੂੰ ਆਪਾਂ ਨੂੰ, ਕਹਿੰਦੇ ਨਾਮ ਦਾ ਭੇਤ ਲੈਣਾ ਹੈ ਤਾਂ ਮੇਰੀ ਮੱਤ ਲੈ ਲਾ। ਉਹੀ ਗੱਲ ਆਪਾਂ ਨੂੰ ਔਖੀ ਲੱਗਦੀ ਸਾਰਿਆਂ ਨੂੰ, ਬਾਣੀ ਪੜ੍ਹਨ ਲੱਗਿਆ ਮਨ ਚਲੇ ਗਿਆ ਵਿਚਾਰਾ, ਮੱਤ ਲਈ ਨੀ ਗੁਰੂ ਦੀ। ਤੇ ਮਹਾਰਾਜ ਕਹਿੰਦੇ ਮਨ ਕੀ ਮੱਤ ਤਿਆਗੋ ਹਰ ਜਾਣਾ, ਨਾਲੇ ਕਹਿਤਾ ਇਹਨਾਂ ਪਾਤ ਕਠਿਨ ਨੀ, ਮੁਸ਼ਕਲ ਆ ਤੁਹਾਡੇ ਵਾਸਤੇ ਜੇ ਮੇਰੀ ਗੱਲ ਨਹੀਂ। ਜਿੰਨਾ ਵੀ ਗੁਰੂ ਦੀ ਮੱਤ ਨਹੀਂ ਲੈਂਦੇ, ਤੁਹਾਡੇ ਅੰਦਰੋਂ ਜਿਹੜੀ ਤੁਹਾਡੀ ਸੋਚ ਹੈ ਜਾਣੀ, ਤੁਹਾਡੀ ਸੋਚ ਕਰਕੇ ਤੁਹਾਡਾ ਜਿਹੜਾ ਵਿਛੋੜਾ ਪਿਆ ਪਰਮਾਤਮਾ ਨਾਲ, ਜਿਹੜੀ ਤੁਹਾਡੀ ਸੋਚ ਹੈ ਮਨ ਬਸ ਦੂਤਾਂ ਦੁਰਮਤ ਦੋਏ, ਜਿੰਨਾ ਚਿਰ ਤੁਹਾਡਾ ਜਿਹੜਾ ਮਨ ਆ ਕਾਮ ਕ੍ਰੋਧ ਲੋਭ ਅਹੰਕਾਰ ਦੇ ਵੱਸ ਆ, ਉਹ ਆਪਾਂ ਨੂੰ ਮਹਾਰਾਜ ਸਮਾਂ ਤੋਂ ਗੁਰੂ ਦੀ ਮੱਤ ਲੈ ਨਹੀਂ ਸਕਦਾ। ਮਾਫੀ ਤੁਸੀਂ ਧਾਰਨ ਕੀ ਨਹੀਂ ਕੀਤੀ ਕਾਮ ਕ੍ਰੋਧ ਲੋਭ ਅਹੰਕਾਰ, ਇਹ ਨਾ ਤੁਹਾਡਾ ਮਨ ਮਰੇਗਾ ਨਾ ਤੁਹਾਡਾ ਕਾਰਜ ਵੀ ਸਿੱਧ ਹੋ ਸਕਦਾ ਹੈ ਪਰਮਾਤਮਾ ਨੂੰ ਮਿਲਣ ਦਾ। ਨਾ ਮਨ ਮਰੇ ਨਾ ਕਾਰਜ ਹੋਏ, ਕਹਿੰਦੇ ਕਿਹੜੀ ਕਦੋਂ ਕਾਰਜ ਨਹੀਂ ਹੋਣਾ, ਕਹਿੰਦੇ ਮਨ ਵਸ ਦੂਤਾਂ ਦੁਰਮਤ ਦੋਏ, ਇਹ ਦੂਤਾਂ ਵਿੱਚ ਬੈਠਾ ਹੈ। ਤੇ ਮਾਂ ਕਹਿੰਦੇ ਸਾਰਾ ਹੀ ਸੰਸਾਰ ਦੂਤਾਂ ਦੇ ਵਿੱਚ ਚੱਲਦਾ ਪਿਆ, ਦੁਰਮਤ ਅਗਨ ਜਗਤ ਪਰ ਜਾ ਰਹੇ ਬਿਨ ਬੁੱਝੇ ਝਗੜ ਜੇ ਕਰ। ਦੇਖੋ ਨੌਵੇਂ ਪਾਸੇ ਜਦੋਂ ਆਏ ਹਰਿਮੰਦਰ ਸਾਹਿਬ ਵਿੱਚ, ਅੰਦਰ ਹੀ ਵੜਨ ਤੋਂ ਸਾਨੂੰ ਸਾਰਾ ਇਤਿਹਾਸ ਦਾ ਪਤਾ, ਦਸਤਾਰ ਨੂੰ ਕੋਲੀ ਛੂ ਕੇ ਲੰਘੀ ਤੇ ਮਹਾਰਾਜ ਦੇਖੋ ਇੰਨੀ ਦਿਆ, ਉਹ ਜਗ੍ਹਾ ਛੱਡ ਕੇ ਚਲੇ ਗਏ, ਮੁੜ ਕੇ ਵਾਪਸ ਨਹੀਂ ਆਏ ਕਦੇ ਵੀ ਆਪਾਂ ਦੁਰਧਾ ਨਹੀਂ ਕਰਨੀ। ਦਸੇ ਪਾਤਸ਼ਾਹ ਦੇਖੋ ਧੋਖੇ ਨਾਲ ਕੱਢਿਆ ਗਿਆ ਉੱਥੋਂ ਅਨੰਦਪੁਰ ਸਾਹਿਬ ਧਰਤੀ, ਜਾਓ ਜੀ ਇੱਥੋਂ ਨਿਕਲ ਜਾਓ, ਰਾਸ਼ਨ ਪਾਣੀ ਬੰਦ ਕਰ ਦਿੱਤਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹ ਕਿਹੜਾ ਸਾਡਾ ਹੈ, ਮਹਾਰਾਜ ਛੱਡ ਕੇ ਉਹ ਵੀ ਚਲੇ ਗਏ, ਦੁਰਧਾ ਨਹੀਂ ਕੀਤੀ, ਮਹਾਰਾਜ ਪਿੱਛੇ ਮੁੜ ਕੇ ਨਹੀਂ ਵੇਖਿਆ। ਪਰ ਜਦੋਂ ਆਪਾਂ ਸੋਚੀਏ ਬਿਟਾਜੇ ਸਾਡੇ ਕੋਲ ਐਡਾ ਵੱਡਾ ਮੁੱਲਾ ਇਤਿਹਾਸ ਆ, ਹਿਸਟਰੀ ਆਪਣੇ ਕੋਲ, ਵੀ ਅਸੀਂ ਆਪਣੇ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਚੱਲਣਾ ਹੈ ਜਿਵੇਂ ਗੁਰੂ ਸਾਹਿਬ ਨੇ ਕੀਤਾ, ਆਪਾਂ ਵੀ ਉੱਦਾਂ ਚੱਲਣਾ। ਪਰ ਗੁਰੂ ਕੋਲ ਜੇਕਰ ਅੱਜ ਆਪਣੇ ਇੱਕ ਪੈਸੇ ਦਾ ਘਾਟਾ ਵਾਧਾ ਪੈਣ ਦਾ ਆਪਾਂ ਦੁਬਿਧਾ ਵਿੱਚ ਪੈ ਜਾਂਦੇ ਹਾਂ, ਉਹਨਾਂ ਨਾਲ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਆ, ਬਾਪ ਦੀ ਗੱਲ ਤਾਂ ਦੂਰ ਦੀ ਆ। ਦੇਖੋ ਜਦੋਂ ਸੀ ਗੁਰੂ ਸਾਹਿਬਾਂ ਨੇ ਕੀਤੀ, ਇੰਨੇ ਮਹਿਲ ਛੱਡਦਿਆਂ ਹੋਇਆ, ਤੇ ਆਪਾਂ ਜਿਹੜਾ ਇਹ ਕਾਇਆ ਦਾ ਘਰ ਆ, ਇਹ ਮਿੱਟੀ ਆ, ਇਹਨੂੰ ਛੱਡਣ ਲੱਗੇ ਆਪਾਂ ਸੀ ਕਿਉਂ ਕਰਦੇ ਹਾਂ, ਇੰਨੀਆਂ ਸੋਚਾਂ ਕਿਉਂ ਲੈਂਦੇ ਪਏ, ਭਾਈ ਛੱਡਣਾ ਜ਼ਰੂਰੀ ਹੈ ਜਾਂ ਨਹੀਂ। ਇੱਕ ਦਿਨ ਤਾਂ ਆਪਾਂ ਛੱਡਣਾ ਸਾਰਿਆਂ ਨੇ, ਤੇ ਸਾਹਮਣੇ ਰਹਿਣਾ ਇਸ ਕਾਇਆ ਵਿੱਚ, ਬੋਲ ਕੇ ਦੱਸੋ ਰਹਿਣਾ ਚਾਹੁੰਦਾ ਇੱਥੇ ਕੋਈ ਨਹੀਂ, ਰਹਿਣਾ ਚਾਹੁੰਦੇ ਆ ਪਰ ਰਹਿ ਨਹੀਂ ਸਕਦੇ ਆਪਾਂ, ਜੇ ਤੁਹਾਨੂੰ ਹੁਕਮ ਹੋਵੇ ਤੁਹਾਨੂੰ ਜਾਣਾ ਪੈਣਾ ਇੱਥੇ। ਹੁਣ ਸੋਚੋ ਵਿਚਾਰੋ, ਤੁਹਾਨੂੰ ਕੱਢ ਦੇਣਾ ਇੱਕ ਦਿਨ, ਕਿਉਂਕਿ ਆਪਾਂ ਪਹਿਲਾਂ ਆਪਣਾ ਵਸੀਲਾ ਕਰ ਲਈਏ ਸਾਰੇ ਜਾਣੇ, ਵੀ ਸਾਨੂੰ ਪਤਾ ਵੀ ਕੱਢ ਦੇਣਾ ਕਿਸੇ ਘੜੀ ਇੱਥੋਂ, ਅਸੀਂ ਆਪਣਾ ਪਹਿਲਾਂ ਪ੍ਰੋਗਰਾਮ ਸੈੱਟ ਕਰ ਲਈਏ। ਉਹ ਪਹਿਲਾਂ ਆਪਣਾ ਹਿੱਲਾ ਵਸੀਲਾ ਕੀਤਾ ਗੁਰੂ ਦੇ ਸਿੱਖਾਂ ਨੇ, ਦੇਹ ਦੋ ਵਿਦੇਹ ਹੋਣਾ ਸਿੱਖਿਆ ਹੋਇਆ ਸੀਗਾ, ਖਾਲਸਾ ਪ੍ਰਗਟ ਹੋ ਗਿਆ ਵਿਸਾਖੀ ਵਾਲੇ ਦਿਨ 1999 ਦੇ ਵਿੱਚ, ਦੇਹ ਤੋਂ ਵੱਖ ਹੋ ਗਏ ਸੂਕਮ ਪਾਸੇ ਸੀਗਾ, ਸਰੀਰ ਪਏ ਸੀ ਸੀਸ ਧੜ ਤੋਂ ਵੱਖ ਕੀਤੇ ਮਹਾਰਾਜ ਨੇ, ਜਦੋਂ ਸੀਸ ਧੜ ਇਕੱਠੇ ਜੋੜ ਤੇ ਸੂਕਮ ਫੇਰ ਆ ਕੇ ਸਰੀਰ ਦੇ ਵਿੱਚ ਬਹਿ ਗਿਆ, ਇੰਨੀ ਗੁਰਮੁਖਾਂ ਨੇ ਮਿਹਨਤ ਕੀਤੀ ਹੋਈ ਸੀਗੀ। ਤੇ ਅੱਜ ਆਪਣੇ ਇੱਕ ਸੂਈ ਵੀ ਲੱਗ ਜਾਏ ਆਪਾਂ ਕਿੰਨਾ ਦੁੱਖ ਮਹਿਸੂਸ ਕਰਦੇ ਹਾਂ, ਇੰਨੀ ਆਪਣੀ ਸੁਰਤੀ ਇਸ ਮਾਇਆ ਦੇ ਘਰ ਜਾ ਕੇ ਬੈਠੀ, ਇਹ ਤਾਂ ਨਿਕਲੇਗੀ ਜੇ ਆਪਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਾਂਗੇ, ਗੁਰੂ ਦੀ ਬਾਣੀ ਦਾ ਪ੍ਰੈਕਟੀਕਲ ਕਰਾਂਗੇ। ਅੱਜ ਲੋੜ ਆ, ਇੱਕ ਸਮਾਂ ਸੀਗਾ ਪਹਿਲਾਂ ਜਦੋਂ ਇੱਕ ਖਾਲਸਾ ਗਵਾਹੀ ਦਿੰਦਾ ਸੀ ਸਾਰੇ ਮੰਨਣ ਦੇ ਸੀ, ਅੱਜ ਆਪਾਂ ਲੱਖਾਂ ਖੜੇ ਹਾਂ ਖਾਲਸੇ ਬਣ ਕੇ ਸਾਰੇ ਜਾਣੇ, ਸਾਡੀ ਕੌਣ ਹੀ ਕੁਛ ਸੁਣਦਾ ਪਿਆ, ਕੋਈ ਭਗਤੀ ਨਹੀਂ ਹੈ, ਉਹ ਮਨ ਦੀ ਅਵਸਥਾ ਹੀ ਨਹੀਂ ਹੈਗੀ ਵੀ ਆਪਾਂ ਇੱਕ ਵਚਨ ਕਰੀਏ ਤੇ ਸਾਰੇ ਮੰਨ ਲੈਣ। ਇੱਕ ਵਚਨ ਦੂਰ ਦੀ ਗੱਲ, ਆਪਾਂ ਪਰਿਵਾਰ ਚ ਚੱਲਦੀ ਹੈ, ਇੱਕ ਵਚਨ ਕੋਈ ਜੀ ਕਹਿੰਦਾ ਭਾਈ ਇਹ ਕੰਮ ਕਰ ਲਓ, ਦੂਜਾ ਕਹਿੰਦਾ ਇਹ ਨਹੀਂ ਹੋ ਸਕਦਾ ਜੀ ਇੱਦਾਂ ਕਰਨਾ ਪੈਣਾ, ਤੀਆ ਕਹਿੰਦਾ ਇਹ ਦੋਨੇ ਗੱਲ ਆ ਇੱਦਾਂ ਕਰਨਾ ਪੈਣਾ, ਝਗੜਾ ਪੈ ਗਿਆ ਪਰਿਵਾਰ ਦੇ ਜੀਆਂ ਦੇ ਵਿਚਾਰ ਨਹੀਂ ਮਿਲ ਰਹੇ। ਦੇਖੋ ਇੰਨੀ ਦੁਬਿਧਾ ਪੈ ਗਈ ਆ, ਤੇ ਕੀ ਆਪਾਂ ਗੁਰੂ ਸਾਹਿਬ ਦੇ ਬਚਨ ਕਮਾਉਂਦੇ ਪਏ ਹਾਂ। ਗੁਰੂ ਸਾਹਿਬ ਨੇ ਪਹਿਲਾਂ ਕਹਿ ਦੀ ਆਪਾਂ ਦੁਬਿਧਾ ਨਹੀਂ ਕਰਨੀ ਹੈ, ਝਗੜਾ ਛੱਡ ਦੋ ਆਪਾਂ, ਪਰ ਆਪਾਂ ਛੱਡਿਆ ਨਹੀਂ। ਇਸ ਕਰਕੇ ਮਹਾਰਾਜ ਸਮਝਾਉਂਦੇ ਗੁਰਬਾਣੀ ਦੇ ਵਿੱਚ, ਆਪਾਂ ਮਰ ਵੀ ਨਹੀਂ ਸਕਦੇ ਹੈ, ਜਿਹੜਾ ਮਰਨ ਦੀ ਪਹਿਲਾਂ ਗੱਲ ਕੀਤੀ ਨਾ, ਜਿਵੇਂ ਸਾਹਿਬਜ਼ਾਦਿਆਂ ਨੇ ਮਰਨਾ ਸਿੱਖਿਆ ਸੀ, ਗੁਰਸਿੱਖਾਂ ਨੇ ਮਰਨਾ ਸਿੱਖਿਆ ਸੀਗਾ ਕਿਵੇਂ ਦੇਹ ਤੋਂ ਵਿਦੇਹ ਹੋਣਾ, ਆਪਾਂ ਮਰਦੇ ਨੀ। ਹੁਣ ਮਰੇ ਬੰਦੇ ਕੋਲ ਆਪਾਂ ਕੁਛ ਮਰਜ਼ੀ ਬੋਲੀ ਜਾਈਏ, ਫਰਕ ਤਾਂ ਨੀ ਪੈਂਦਾ ਉਹਨੂੰ, ਉਹਨੇ ਕਿਹੜਾ ਉੱਠਣਾ ਬੋਲਣਾ ਨੀ, ਜੇ ਉਹ ਜਿਉਂਦਾ ਫਿਰ ਉੱਠੇਗਾ। ਇੱਦਾਂ ਤੁਹਾਨੂੰ ਵੀ ਮਾੜੇ ਬਚਨ ਬੋਲਦਾ ਏ ਜੇ ਸ਼ਬਦ ਦੁਆਰਾ ਆਪਾਂ ਨਹੀਂ ਮਰੇ। ਦੇਖੋ ਮੈਂ ਕੋਈ ਬਚਨ ਬੋਲਦਾ, ਇਹ ਸਿਰਫ ਖਾਲੀ ਗਲਾਜ ਜਾ ਰਿਹਾ, ਇੱਥੇ ਤੁਹਾਡੇ ਅੰਦਰ ਸ਼ਕਤੀ ਆ ਵੀ ਤੁਸੀਂ ਇਸ ਬਚਨ ਨੂੰ ਕਮਾਉਣਾ ਚਾਹੁੰਦੇ ਹੋ
ਤਾਂ ਸੁਣ ਲਿਆ, ਜੇ ਨਹੀਂ ਸੁਣਨਾ ਇਹ ਵਜਨ ਤਾਂ ਤੁਸੀਂ ਕੀ ਹੈ ਧਿਆਨ ਪਾਸੇ ਕਰ ਲਿਆ ਆਪਣਾ। ਪਰ ਦੇਖੋ ਨਿੰਦਾ ਚੋਲੀ ਸੁਣਨੀ ਆ, ਇਹ ਕੰਨਾਂ ਨੂੰ ਭਾਵੇਂ ਕਿੰਨਾ ਕੁਝ ਬਾਹਰ ਕਰਨ ਚੱਲਦਾ ਹੋਵੇ, ਉਹ ਚੋਲੀ ਨਿੰਦਾ ਚੱਲਦੀ ਹੋਵੇ ਕੰਨ ਭੱਜ ਕੇ ਚਲੇ ਜਾਂਦੇ, ਕੀ ਬੋਲਿਆ ਜਾ ਰਿਹਾ ਮੈਂ ਧਿਆਨ ਨਾ ਸੁਣਾ, ਇੰਨਾ ਪਿਆਰ ਆਪਣਾ ਉਸ ਚੀਜ਼ ਦੇ ਨਾਲ। ਹੁਣ ਸੋਚੋ ਵਿਚਾਰੋ, ਗੁਰੂ ਦੀ ਬਾਣੀ ਨੂੰ ਕੌੜੀ ਲੱਗਦੀ ਆ, ਗੁਰੂ ਦਾ ਵਚਨ ਨੂੰ ਕੌੜਾ ਲੱਗਦਾ, ਜਿਹੜੇ ਜ਼ਹਿਰ ਆ ਵਿਖਿਆ, ਇਹ ਕਾਮ ਕ੍ਰੋਧ ਮੋਹਕਾਰ ਦੀਆਂ ਸੋਚਾਂ ਹੈ, ਸੰਸਾਰ ਦੀਆਂ ਵਿਚਾਰਾਂ ਚੰਗੀਆਂ ਲੱਗਦੀਆਂ। ਤੇ ਮਹਾਰਾਜ ਕਹਿੰਦੇ ਇਹ ਸਾਕਤ ਦੀ ਹਾਲਤ ਮੈਂ ਆਪਣੀ ਅੱਖੀ ਦੇਖ ਰਿਹਾ। ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਧ ਨੈਣੋ ਡਿੱਠੀ, ਮੈਂ ਆਪਣੀ ਅੱਖੀ ਹਾਲਤ ਦੇਖ ਰਿਹਾ। ਹੁਣ ਆਪਾਂ ਸਾਰੇ ਬੈਠੇ ਆ, ਜੇ ਆਪਾਂ ਨੂੰ ਫੁਰਨਾ ਵਿਚਾਰ ਨਹੀਂ ਆ ਰਿਹਾ, ਮਹਾਰਾਜ ਵੇਖ ਰਹੇ ਆ ਤੇ ਤੁਹਾਡੇ ਕਰਮ ਤੇ ਉਹ ਨਜ਼ਰ ਪਾਲਣਗੇ ਵੀ ਮੇਰਾ ਬੱਚਾ ਮੇਰਾ ਸਿੱਖ ਮੇਰੇ ਕੋਲ ਆ ਕੇ ਬੈਠਾ ਏ। ਪਰ ਜਿਹਨਾਂ ਦੇ ਮਨ ਚਿੱਤ ਤੇ ਕਠੋਰ ਆ ਨਾ, ਉਹ ਸਾਥੀ ਕੋਲ ਨਹੀਂ ਬਹਿੰਦੇ, ਸੋਤੀ ਨੂੰ ਕਿਤੇ ਹੋਰ ਲੈ ਜਾਣਗੇ। ਸਿਰਫ ਇੱਕ ਫਾਰਮੈਲਿਟੀ ਵਾਸਤੇ ਆਉਂਦੇ ਆਪਾਂ ਜਾਣਾ, ਪਰ ਜਿਹੜਾ ਜੀ ਕਰਕੇ ਮਨ ਕਰਕੇ ਗੁਰੂ ਕੋਲ ਆਉਂਦਾ ਏ, ਤਾਂ ਮਹਾਰਾਜ ਕਹਿੰਦੇ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ। ਪਰਮ ਪਦਵੀ ਉਹਨੂੰ ਮਿਲਦੀ ਆ ਜਿਹੜਾ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਆ ਜਾਂਦਾ। ਤੇ ਮਹਾਰਾਜ ਕਹਿੰਦੇ ਵੀ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਪਾ, ਕਹਿੰਦੇ ਇਹ ਤੇਰਾ ਕਰਮ ਸੀਗਾ, ਹੁਣ ਇਸ ਕੰਮ ਨੂੰ ਆਪਾਂ ਅਲਕਤ ਕਰਦੇ ਹਾਂ, ਆਲਸ ਬਣ ਜਾਂਦੇ ਵੀ ਨਹੀਂ ਕੋਈ ਗੱਲ ਨਹੀਂ ਫੇਰ ਕਰ ਲਾਂਗੇ ਸੰਸਾਰ ਦੇ ਕੰਮ ਕਰਦੇ। ਸੰਸਾਰ ਦੇ ਕੰਮ ਤਾਂ ਵਿਗਾਰ ਆ, ਵਿਗਾਰਾ ਬੰਦਾ ਜਿਹੜਾ ਹੁੰਦਾ ਹੈ ਉਹ ਕੰਮ ਦੂਜੇ ਤੋਂ ਜ਼ਿਆਦਾ ਕਰਦਾ, ਘਰ ਦੇ ਕੰਮ ਨਹੀਂ ਕਦੇ ਵੀ ਕਰਦਾ, ਭਾਵੇਂ ਮਾਂ ਪਿਓ ਫਟਕਾਰਾ ਹੀ ਪਾਈ ਜਾਣ, ਲਾਣਤਾਂ ਪਾਈ ਜਾਣ, ਪੁੱਤ ਕਰ ਲਾ ਕੋਈ ਨਾ ਜੀ ਮੈਂ ਹੁਣੇ ਆਇਆ, ਜੂੰ ਸਵੇਰ ਦਾ ਨਿਕਲਦਾ ਸ਼ਾਮ ਨੂੰ ਘਰ ਵੱਲ। ਕਿ ਇਹੀ ਗੱਲ ਸਾਡੇ ਨਾਲ ਹੋ ਰਹੀ ਆ, ਜੂੰ ਹੀ ਸਵੇਰ ਵੇਲੇ ਆਪਾਂ ਆਉਂਦੇ ਹਾਂ ਸਾਡੀ ਸੁਰਤੀ ਆਉਂਦੀ ਹੈ, ਤੇ ਸ਼ਾਮ ਤੱਕ ਆਪਾਂ ਮਾਇਆ ਦੇ ਘਰ ਦੇ ਕੰਮ ਕਰੀ ਜਾਂਦੇ, ਆਪਣੇ ਘਰ ਦਾ ਕੰਮ ਤਾਂ ਕਰਦੇ ਨੀ। ਕਹਿੰਦੇ ਆਪਣੇ ਘਰ ਦਾ ਕੰਮ ਕਰ ਲਾ, ਜਿਸ ਕੰਮ ਕਰਨ ਨਾਲ ਤੇਰਾ ਦਰਗਾਹ ਚ ਮੂੰਹ ਉੱਜਲ ਹੋ ਜਾਣਾ। ਤੇ ਮਹਾਰਾਜ ਕਹਿੰਦੇ ਆਪਣੇ ਕਾਜ ਕੋ ਕਿਉਂ ਅਲਕਾਈਏ, ਜੇ ਸਿਮਰਤ ਡਰ ਗਏ ਮੁੱਖ ਉੱਜਲ ਸਦਾ ਸਦਾ ਸੁੱਖ ਪਾਏ। ਤੁਹਾਨੂੰ ਸਦੀ ਵੀ ਸੁੱਖ ਮਿਲਣਾ ਆਪਣੇ ਘਰ ਦਾ ਕੰਮ ਕਰਕੇ, ਕਿਉਂ ਤੁਸੀਂ ਆਪਣੇ ਪਿਤਾ ਆਪਣੇ ਮੂਲ ਦੀ ਸ਼ਰਨ ਚ ਪਹੁੰਚੋਗੇ। ਜੋ ਸੁੱਖੋ ਚਾਹੇ ਸਦਾ, ਜੇ ਸਦੀ ਵੀ ਸੁੱਖ ਲੈਣਾ ਸ਼ਰਨ ਰਾਮ ਜੀ। ਸਪਸ਼ਟ ਕਹਿਤਾ ਮਹਾਰਾਜ ਨੇ, ਕਹਿੰਦੇ ਕਿਉਂ, ਕਹਿੰਦੇ ਮੈਂ ਗੁਰੂ ਕੋਲ ਗਿਆ ਸੀ, ਉੱਥੋਂ ਮੈਨੂੰ ਮਤ ਮਿਲੀ ਹੈ ਵੀ ਮੇਰੇ ਨਿੱਜ ਘਰ ਨਿੱਜ ਮਹਿਲ ਚ ਵੀ ਸੁੱਖ ਬਹੁਤ ਹੈ, ਜਦੋਂ ਮਾਇਆ ਦੇ ਘਰ ਚ ਮੈਂ ਆਉਂਦਾ ਐਤੀ ਮੈਂ ਗੁਰੂ ਦੀ ਮਤ ਲੈ ਕੇ ਗੁਰਸ਼ਬਦ ਦ੍ਰਿੜ ਕਰਦਾ ਬਾਣੀ ਦਾ ਪ੍ਰੈਕਟੀਕਲ ਕਰ ਰਿਹਾ। ਕਹਿੰਦੇ ਘਰ ਸੁੱਖ ਵਸਿਆ ਰਿਸ਼ਮਾਨ ਘਰ ਨਹੀਂ, ਉਹ ਘਰ ਨਿੱਜ ਘਰ ਮਹਿਲ ਪਾਵੋ ਸੁੱਖ ਸਾਹਿਬ ਜੀ ਬੋਰ ਨਾ ਹੋਏਗੋ, ਫਿਰ ਉਹ ਨਿੱਜ ਮਹਿਲ ਜੋ ਆਪਾਂ ਸਾਡੀ ਸੁਰਤੀ ਜਾ ਕੇ ਬਹਿੰਦੀ ਆ, ਤਾਂ ਤੁਹਾਡੇ ਕਾਜ ਪਰਮਾਤਮਾ ਆਪ ਕਰਦਾ। ਸਿਰ ਘਰ ਵੈਸੋ ਹਰ ਦਿਨ ਪਿਆਰੇ ਸਤਿਗੁਰ ਕਮਰੇ, ਕਾਜ ਸਵਾਰੇ ਦੋਸ਼ਟ ਦੋਸਤ ਪਰਮੇਸ਼ਵਰ ਮਾਰੇ ਜਨਕੀ ਪੈਜ ਰਾਖੀ ਕਰਤਾ। ਉਹ ਤਾਂ ਤੁਹਾਡੇ ਕੰਮ ਕਰੇਗਾ ਕਿ ਕਈ ਵਾਰ ਆਪਾਂ ਇਹ ਵਚਨ ਪੜ ਲੈਂਦੇ ਉਦਾਂ ਹੀ ਸਾਰੇ ਜਾਣੇ, ਗੁਰਮੁਖ ਕਿਸੇ ਤੋਂ ਮਿਲ ਜਾਂਦਾ ਆਪਾਂ ਸ਼ਬਦ ਕਰਿਆ ਕਰੋ ਘਰ ਸੁੱਖ ਆਏਗਾ। ਘਰ ਦਾ ਦਰਵਾਜ਼ਾ ਹੀ ਨਹੀਂ ਪਤਾ, ਨਾ ਜਿੰਦਰਾ ਪਤਾ, ਨਾ ਚਾਬੀ ਪਤਾ, ਨਾ ਖੋਲਣ ਦਾ ਪਤਾ ਘਰ ਦਾ ਦਰਵਾਜ਼ਾ। ਸੁਰਤੀ ਦਾ ਬਾਹਰ ਨੌ ਦਰਵਾਜ਼ੇ ਦੀ ਮਹਿੰਦੀ ਪਈ ਆ, ਜੇ ਗੰਦਗੀ ਹਰ ਵੇਲੇ। ਤੇ ਮਹਾਰਾਜ ਕਹਿੰਦੇ ਇਹਨਾਂ ਦਰਵਾਜ਼ਿਆਂ ਚ ਸੁਰਤੀ ਨੂੰ ਬਾਹਰ ਕੱਢ, ਆਪਣੇ ਘਰ ਵਿੱਚ ਜਾ ਕੇ ਬੈਠ। ਤੇਰੇ ਘਰ ਦੀ ਨਿਸ਼ਾਨੀ ਕੀ ਆ? ਤੇਰੇ ਅੰਦਰ ਪਰਮਾਤਮਾ ਦੀ ਆਵਾਜ਼ ਉਹ ਨਾਮ ਪ੍ਰਗਟ ਹੋ ਜਾਏਗਾ, ਜਿਹੜਾ ਨਾਮ ਸੰਸਾਰ ਦਾ ਕੋਈ ਬੰਦਾ ਨਹੀਂ ਦੇ ਸਕਦਾ, ਕੋਈ ਸੰਤ ਮਹਾਤਮਾ ਨਹੀਂ ਦੇ ਸਕਦਾ। ਉਹਦਾ ਭੇਦ ਤੁਹਾਨੂੰ ਗੁਰੂ ਸਾਹਿਬਾਂ ਨੇ ਦੇਣਾ, ਮਿਲਣਾ ਤੁਹਾਨੂੰ ਪਰਮਾਤਮਾ ਤੋਂ, ਉਹਦੇ ਮੁੱਖ ਚੋਂ ਨਿਕਲੀ ਆਵਾਜ਼ ਆ ਪਰਮਾਤਮਾ ਦੇ ਮੁੱਖ ਚੋਂ। ਪਰ ਪ੍ਰਾਪਤ ਕਿਹਨੂੰ ਹੁੰਦੀ ਆ? ਜਿਹੜਾ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਨੂੰ ਜਿਉਂਦਾ ਹੈ, ਅਮਰ ਦੀ ਦਾਤ ਲੈ ਕੇ, ਇਸ ਸਕੂਲ ਚ ਦਾਖਲਾ ਲੈ ਕੇ ਜੀਵਨ ਦਾ ਪ੍ਰੈਕਟੀਕਲ ਕਰਦਾ ਹੈ, ਉਹੀ ਜੀਵ ਇੱਥੋਂ ਨਿਕਲਦਾ। ਤੇ ਕਹਿੰਦੇ ਨੌ ਦਰਵਾਜ਼ੇ ਸੁਰਤੀ ਕਿਵੇਂ ਕੱਢਣੀ ਹੈ? ਇਹਨਾਂ ਗੁਰੂ ਦਾ ਸ਼ਬਦ ਜਿਹੜਾ ਆਪਾਂ ਦਿਲ ਕਰਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ, ਗੁਰਮੰਤਰ ਦਿੜ ਕਰ ਲਿਆ। ਹੁਣ ਆਪਾਂ ਕੀ ਕੀਤੀ ਹੋਈ ਦਿੜ? ਮਾਇਆ ਵਿਸਰਦੀ ਨੀ ਪਈ ਹੈ ਮਨਾਂ ਚੋਂ, ਮਾਇਆ ਮਨੋਂ ਨਾ ਵਿਸਰੇ, ਮੰਗੇ ਤਮਾਂ ਦਮ ਹਰ ਸਵਾਸ ਤੇ ਮੰਗੀ ਜਾ ਰਿਹਾ। ਹੁਣ ਆਪਾਂ ਆਓ ਦੋ ਮਿੰਟ ਪ੍ਰੈਕਟੀਕਲ ਕਰੀਏ, ਫਿਰ ਆਪਣਾ ਸਮਾਂ ਸਮਾਪਤ ਹੈ। ਆਪਾਂ ਸ਼ਬਦ ਦਾ ਅਭਿਆਸ ਕਰਨਾ, ਆਪਣੀ ਆਵਾਜ਼ ਨੂੰ ਸੁਣਨਾ, ਆਪਾਂ ਸੁੱਖ ਲੈਣਾ ਹੈ ਆਪਣੀ ਆਵਾਜ਼ ਨੂੰ ਸੁਣਨਾ, ਅੱਖਾਂ ਨੂੰ ਬੰਦ ਕਰ ਲੈਣਾ ਤੇ ਆਪਾਂ ਮੁੱਖ ਰਾਹੀਂ ਬੋਲੀ ਜਾਣਾ, ਆਉਂਦੇ ਸਵਾਸ ਚ ਵਾਹੇ, ਜਾਂਦੇ ਵਿੱਚ ਗੁਰੂ। ਇਹਨੂੰ ਕਹਿੰਦਾ ਸਾਸ ਗਿਰਾਸ ਸਿਮਰਨ।
ਮਹਾਰਾਜ ਕਹਿੰਦੇ ਜਿੰਨਾ ਸਾਸ ਕਿਰਾਸਨਾ ਵਿਸਰੇ ਕਰਨਾਮਾ ਮਨਮਾ ਧੰਸ ਸਹੀ ਨਾਨਕਾ ਪੂਰਨ ਸੋਈ ਸੰ। ਕਹਿੰਦੇ ਉਹ ਗੁਰੂ ਦਾ ਸਿੱਖ ਜਿਹਨੂੰ ਸ਼ਬਦ ਦਾ ਅਭਿਆਸ ਪਤਾ ਲੱਗਿਆ ਜੋ ਤੁਹਾਨੂੰ ਸਵਾਸਾਂ ਦੀ ਗ੍ਰਾਹੀ ਦੇ ਰਿਹਾ ਪ੍ਰਮਾਤਮਾ ਆਪੇ ਕਰਤਾ ਕਰ ਦੇਖੇ ਦੇਂਦਾ ਸਾਸ ਗਿਰਾ ਹੈ ਤੁਹਾਨੂੰ ਸਵਾਸਾਂ ਦੀ ਗ੍ਰਾਹੀ ਦੇ ਰਿਹਾ ਹਰ ਇੱਕ ਗ੍ਰਾਹੀ ਤੇ ਆਪਾਂ ਮੋਹਰ ਲਾ ਕੇ ਵਾਪਸ ਨਿਰੰਕਾਰ ਦੇ ਖਿਆਲ ਚ ਭੇਜਣਗੇ। ਆਹ ਦੋ ਮਿੰਟ ਲਈ ਆਪਾਂ ਸਾਰਿਆਂ ਨੇ ਅਭਿਆਸ ਕਰਨਾ ਫਿਰ ਸਮਾਪਤੀ ਹੈ। ਆਂਦੇ ਸਵਾਸ ਚ ਵਾਹੇ ਜਾਂਦੇ ਵਿੱਚ ਗੁਰੂ ਨੇਤਰ ਆਪਾਂ ਬੰਦ ਰੱਖਣੇ ਹਨ ਰਸਮਾਂ ਦੁਆਰਾ ਬੋਲਣਾ ਤੇ ਕੰਨਾਂ ਨਾਲ ਸਾਰਿਆਂ ਨੇ ਸੁਣਨਾ ਵੀ ਕੀ ਬੋਲਿਆ ਜਾ ਰਿਹਾ। ਆਓ ਜੀ ਕਰੋ ਸ਼ੁਰੂ ਇਕੱਠੇ ਹੀ ਜੀਵਨ ਦਾ ਹਰ ਇੱਕ ਪਲ ਗੁਰੂ ਸਾਹਿਬ ਦੇ ਆਖੇ ਲਾ ਕੇ ਕੱਢੋ ਤੁਹਾਡਾ ਜੀਵਨ ਸੁਖੀ ਤੇ ਖੁਸ਼ੀਆਂ ਭਰਿਆ ਹੋ ਜਾਏਗਾ। ਪ੍ਰੈਕਟੀਕਲ ਕਰਨਾ ਸਾਰਿਆਂ ਨੇ ਗੁਰਮੁਖੋ ਸਾਹਿਬ ਨੇ ਅੰਮ੍ਰਿਤ ਦਾਤ ਲੈ ਕੇ ਜੀਵਨ ਦਾ ਪ੍ਰੈਕਟੀਕਲ ਕਰਨਾ ਹੈ ਤੇ ਇਹੀ ਵਚਨ ਕਰਨੇ ਆ ਜਿੱਥੇ ਵੀ ਜਾਣਾ ਗੁਰੂ ਗੁਰੂ ਕਰ ਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਸਾਡਾ ਗੁਰੂ ਤੋਂ ਬਗੈਰ ਕੋਈ ਨਹੀਂ। ਸੋ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦੇ ਹਾਂ ਕਿ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।